वाहे गुरु जी का खालसा वाहे गुरु जी की फतेह। एक ओंकार सतनाम करता पुरख निरपो निर्वैकार मूरत जुनि सैभम गुर प्रसाद जप आज सच जुगा सच है भी सच नानक कोशी भी सच। अच्छा ਤੁਸੀਂ ਸਾਰਿਆਂ ਨੂੰ ਬੇਟਾ ਮੁਬਾਰਕਾਂ ਦੇ ਦਿਓ ਕਿ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਪਰਿਵਾਰ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਵੱਲੋਂ ਦੀਵਾਲੀ ਦੀਆਂ ਪਰਿਵਾਰ ਵੱਲੋਂ ਦੀਵਾਲੀ ਠੀਕ ਆ ਚਾਚੂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀਆਂ ਦਾ ਦੇਣਾ ਸਾਡੇ ਪਰਿਵਾਰ ਤੇ ਜੀ। ਕੋਈ ਸਮਾਂ ਸੀਗਾ ਇਹ ਜਿਹੜੇ ਤੁਹਾਨੂੰ ਇਨਸਾਨ ਅਸੀਂ ਮਿਲਾਵਾਂਗੇ ਕਿਸੇ ਟਾਈਮ ਸੜਕਾਂ ਤੇ ਨਰਕ ਭਰੀ ਜ਼ਿੰਦਗੀ ਕੱਟਣ ਤੇ ਮਜਬੂਰ ਸੀ ਪਰ ਅੱਜ ਬੜੀ ਖੁਸ਼ੀ ਦਾ ਦਿਨ ਆ ਵੀ ਹਰ ਇੱਕ ਇਨਸਾਨ ਦੇ ਮਨ 'ਚ ਕੋਈ ਨਾ ਕੋਈ ਚਾਅ ਕਿਉਂਕਿ ਇੱਥੇ ਬੈਠੇ ਹਾਂ ਸਾਡਾ ਸਾਰਾ ਪਰਿਵਾਰ ਤੁਸੀਂ ਕਹਿ ਸਕਦੇ ਹੋ ਉਹ ਮਾਂ ਵੀ ਆ ਜਿਹਨੇ ਸਾਨੂੰ ਜਨਮ ਦਿੱਤਾ ਅਤੇ ਇਹ ਵੀ ਸਾਡੇ ਭਰਾ ਨੇ ਜਿਹੜੇ ਅਸੀਂ ਮੰਨਦੇ ਇਹਨਾਂ ਨੂੰ ਆਪਣੇ ਭਰਾ ਬੇਸ਼ੱਕ ਮਾਵਾਂ ਵੱਖ ਹੋਣਗੇ ਸਾਡੇ ਪਰ ਕੋਈ ਸਮਾਂ ਸੀਗਾ ਕਿਸੇ ਦੇ ਲੱਤਾਂ 'ਚ ਕੀੜੇ ਕਿਸੇ ਦੇ ਪੈਰਾਂ 'ਚ ਕੀੜੇ ਕਿਸੇ ਦੇ ਹੱਥਾਂ 'ਚ ਕਿਸੇ ਦੇ ਕੋਈ ਪ੍ਰੋਬਲਮ ਕਿਸੇ ਦੇ ਕੋਈ ਪ੍ਰੋਬਲਮ ਪਰ ਅੱਜ ਬੜੀ ਖੁਸ਼ੀ ਦੀ ਗੱਲ ਆ ਸਾਡੇ ਪਰਿਵਾਰ 'ਤੇ ਵੀ ਅੱਜ ਐਡੀ ਸੋਹਣੀ ਦਵਾਈ ਸਾਨੂੰ ਦੇਖਣ ਨੂੰ ਮਿਲੀ ਆ ਇਹ ਕਹਿ ਸਕਦੇ ਹਾਂ ਇੰਨੀਆਂ ਖੁਸ਼ੀਆਂ ਸਾਡੇ ਪਰਿਵਾਰ ਦੇ ਵਿੱਚ ਆਈਆਂ ਨੇ। ਤੁਹਾਨੂੰ ਅਸੀਂ ਇਕੱਲੇ ਇਕੱਲੇ ਇਨਸਾਨ ਬਾਰੇ ਵੀ ਮਿਲਾਵਾਂਗੇ ਜੋ ਕਿ ਕਿੱਥੋਂ ਅਸੀਂ ਇਨਸਾਨ ਨੂੰ ਲੈ ਕੇ ਆਏ ਅਤੇ ਕਿੱਥੇ ਲਿਆ ਕੇ ਅੱਜ ਅਤੇ ਕਿਹੜੇ ਜੀਵਨ ਦੇ ਵਿੱਚ ਕਿਹੜੇ ਸਮੇਂ ਦੇ ਵਿੱਚ ਉਹ ਜ਼ਿੰਦਗੀ ਬਤੀਤ ਕਰ ਰਿਹਾ। ਕੋਈ ਸਮਾਂ ਸੀ ਜਿੱਦਾਂ ਇਹ ਕਹਿ ਸਕਦੇ ਹਾਂ ਕੋਈ ਇਨਸਾਨ ਡੰਗਰਾਂ ਦੇ ਵਿੱਚ ਇੱਕ ਡੰਗਰ ਬਣਿਆ ਵਾ ਸੀ ਪਰ ਅੱਜ ਸਾਡੇ ਸਾਹਮਣੇ ਤੁਹਾਡੇ ਸਾਹਮਣੇ ਅਸੀਂ ਇਨਸਾਨ ਦੇ ਰੂਪ ਦੇ ਵਿੱਚ ਉਹਨੂੰ ਪੇਸ਼ ਕਰਾਂਗੇ। ਕੋਈ ਇਨਸਾਨ ਸੀ ਜਿਹਨੂੰ ਇਹ ਕਹਿ ਸਕਦੇ ਹਾਂ ਲੋਕ ਜਾਨਵਰਾਂ ਦੇ ਕੀੜੇ ਨਹੀਂ ਦੇਖਦੇ ਸੀ ਪਰ ਇਨਸਾਨਾਂ ਦੇ ਕੀੜੇ ਅੱਧੇ ਇਨਸਾਨ ਯਕੀਨ ਹੀ ਨਹੀਂ ਕਰਦੇ ਸੀ ਵੀ ਇਨਸਾਨਾਂ ਦੇ ਕੀੜੇ ਪੈ ਹੀ ਨਹੀਂ ਸਕਦੇ ਪਰ ਸਾਡੇ ਕੋਲ ਉੱਦਾਂ ਦੇ ਇਨਸਾਨ ਵੀ ਨੇ ਜਿਹਨਾਂ ਨੂੰ ਦੁਨੀਆ ਤਾਂ ਜਾਨਵਰ ਕਹਿੰਦੇ ਸੀ ਕਿਉਂਕਿ ਦੇਖ ਕੇ ਉਹਨਾਂ ਨੂੰ ਵਿਤਕਾਰ ਦਿੰਦੇ ਸੀ ਪਰ ਸਾਡੇ ਕੋਲ ਉਹ ਇਹ ਕਹਿ ਸਕਦੇ ਹੋ ਸਵਰਗ ਨਾਲੋਂ ਘੱਟ ਨਹੀਂ ਹੈਗੇ। ਇਹ ਜੀਵਨ ਸਾਨੂੰ ਗੁਰੂ ਪਾਤਸ਼ਾਹ ਗੁਰੂ ਸਾਹਿਬ ਜੀ ਨੇ ਬਖਸ਼ਿਆ ਸਾਡੇ 'ਚ ਕੋਈ ਇੱਦਾਂ ਦੀ ਸ਼ਕਤੀ ਨਹੀਂ ਹੈਗੀ ਵੀ ਅਸੀਂ ਕਿਸੇ ਨੂੰ ਠੀਕ ਕਰ ਦਈਏ ਪਰ ਗੁਰੂ ਸਾਹਿਬ ਨੇ ਕਿਰਪਾ ਐਡੀ ਕੀਤੀ ਸਾਡੇ ਵਰਗੇ ਗੰਦਗੀ ਦੇ ਕੀੜਿਆਂ 'ਤੇ ਸਾਨੂੰ ਇੱਕ ਇਹ ਕਹਿ ਸਕਦੇ ਹਾਂ ਗੰਦੇ ਸਿਸਟਮ ਦੇ ਵਿੱਚੋਂ ਕੱਢ ਕੇ ਇੱਥੇ ਲੈ ਕੇ ਖੜਾ ਕਰਤਾ ਸਾਰੀ ਜ਼ਿੰਦਗੀ ਲਈ ਸਾਨੂੰ ਸਮਰਪਿਤ ਕਰਤਾ। ਅਸੀਂ ਤੁਹਾਨੂੰ ਇਕੱਲਾ ਇਕੱਲਾ ਸਾਡਾ ਪਰਿਵਾਰ ਦਾ ਮੈਂਬਰ ਵੀ ਮਿਲਾਵਾਂਗੇ ਤੁਹਾਨੂੰ ਘਰ ਦੇ ਵੀ ਸਾਰੇ ਦੇ ਦਰਸ਼ਨ ਕਰਵਾਵਾਂਗੇ ਕਿਉਂਕਿ ਸਾਰਾ ਘਰ ਸੰਗਤ ਨੇ ਬਣਾਇਆ। ਇੱਥੇ ਇੱਕ ਮੋਟਰ ਦਾ ਕੋਠਾ ਹੁੰਦਾ ਸੀ ਜੀ ਜਿੱਥੋਂ ਖੇਤਾਂ ਨੂੰ ਪਾਣੀ ਲਾਇਆ ਜਾਂਦਾ ਸੀ ਜੀ। ਇਹ ਮੋਟਰ ਦੇ ਕੋਠੇ ਤੋਂ ਅੱਜ ਸੰਸਥਾ ਕਿੱਦਾਂ ਬਣ ਗਈ ਤੁਹਾਨੂੰ ਸਾਰੀ ਗੱਲ ਅਸੀਂ ਤੁਹਾਡੇ ਤੱਕ ਅੱਜ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਇੱਕ ਅਸੀਂ ਸਭ ਤੋਂ ਵੱਡੀ ਗੱਲ ਕੀ ਹੈ ਅਸੀਂ ਕੇਂਦਰ ਸਰਕਾਰ ਦਾ ਅਸੀਂ ਇੱਕ ਵਿਰੋਧ ਵੀ ਕਰ ਰਹੇ ਹਾਂ ਸਾਡੇ ਮਨ ਦੇ ਵਿੱਚ ਗੁੱਸਾ ਵੀ ਕਿਸਾਨ ਮਾਰੂ ਜੋ ਬਿੱਲ ਨੇ ਉਹ ਕੇਂਦਰ ਸਰਕਾਰ ਜ਼ਰੂਰ ਵਾਪਸ ਕਰੇ। ਅਸੀਂ ਸਾਰੇ ਇਹ ਤੁਹਾਡੇ ਅੱਗੇ ਕਹਿ ਸਕਦੇ ਹਾਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਦੇ ਹਾਂ ਵੀ ਇਹ ਜਿਹੜੇ ਕਿਸਾਨ ਮਾਰੂ ਜਿਹੜਾ ਇੱਕ ਬਿੱਲ ਪਾਸ ਹੋਇਆ ਵੀ ਉਹਨੂੰ ਸਰਕਾਰ ਵਾਪਸ ਲੈ ਲਵੇ ਅਤੇ ਸਾਰਾ ਯੂਥ ਜਾਗ ਕੇ ਆਪਣਾ ਹੱਕ ਲੈਣ ਲਈ ਅੱਗੇ ਆ ਜਾਵੇ। ਕਿਉਂ? ਕਿਉਂਕਿ ਕਿਸਾਨ ਕੋਲ ਜੇ ਫਸਲ ਹੋਊਗੀ ਤਾਂ ਸਾਡੇ ਕੋਲ ਭੋਜਨ ਹੋਊਗਾ। ਜੇ ਕਿਸਾਨ ਕੋਲ ਫਸਲ ਕੋਈ ਅਨਾਜ ਹੋਊਗਾ ਤਾਂ ਅਸੀਂ ਰੋਟੀ ਪਾਣੀ ਖਾ ਸਕਦੇ ਹਾਂ ਕਿਉਂਕਿ ਸਾਡੇ ਕੋਲ ਕਿਸਾਨ ਭਰਾ ਹੀ ਸਾਡੇ ਤੱਕ ਰਾਸ਼ਨ ਪਹੁੰਚਦਾ ਕਰਦੇ ਨੇ। ਜੇ ਕਿਸਾਨ ਕੋਲ ਰਾਸ਼ਨ ਨਹੀਂ ਹੋਊਗਾ ਅਸੀਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਇਹ ਅਲੀ ਨਾਮ ਦਾ ਇਨਸਾਨ ਆ ਇੱਕ ਮੱਝਾਂ ਦੇ ਬਾੜੇ 'ਚ ਗੁਲਾਮ ਸੀਗਾ। ਤਿੰਨ ਪਰਿਵਾਰ ਇਹਦੇ ਤੋਂ ਇੰਨਾ ਕੁ ਜ਼ਿਆਦਾ ਕੰਮ ਕਰਵਾਉਂਦੇ ਸੀ ਤੁਸੀਂ ਵੀਡੀਓ ਵੀ ਸਾਰੀ ਸੰਗਤ ਨੇ ਦੇਖੀ। ਪਰ ਜੇ ਤੁਸੀਂ ਅੱਜ ਨੌਜਵਾਨ ਨਾ ਜਾਗੇ ਤਾਂ ਤੁਸੀਂ ਇੱਕ ਗੱਲ ਦਾ ਯਕੀਨ ਮੰਨਿਓ ਜਿਹੜੇ ਆਪਣੇ ਧੀਆਂ ਪੁੱਤ ਨੇ ਜਿਹੜੇ ਇਹ ਕਹਿ ਸਕਦੇ ਹੋ ਪਾਲ ਖਰੜ ਵਰਗੇ ਇਨਸਾਨ ਵੀ ਇੱਦਾਂ ਤੁਹਾਡੇ ਖੇਤਾਂ 'ਚ ਗੁਲਾਮ ਹੋਣਗੇ। ਕਿਉਂ? ਇੱਕ ਬਾੜੇ 'ਚ ਗੁਲਾਮ ਸੀ ਮੱਝਾਂ 'ਚ ਗੁਲਾਮ ਸੀ ਪਰ ਇੱਕ ਇਹ ਕਹਿ ਸਕਦੇ ਜੇ ਯੂਥ ਅੱਜ ਨਾ ਜਾਗਿਆ ਤਾਂ ਆਪਾਂ ਨੂੰ ਆਪਣੇ ਖੇਤਾਂ 'ਚ ਗੁਲਾਮ ਹੋਣਾ ਪੈਜੂ। ਕਿਉਂ? ਕਿਉਂਕਿ ਇਹ ਬਿੱਲ ਹੈ ਇੱਦਾਂ ਦਾ ਤੁਹਾਨੂੰ ਤੁਹਾਡੇ ਖੇਤਾਂ ਦੇ ਵਿੱਚ ਗੁਲਾਮ ਕੀਤਾ ਜਾਊਗਾ ਤੁਹਾਡੇ 'ਤੇ ਇੱਧਰ ਹੀ ਤਸ਼ੱਦਦ ਹੋ ਸਕਦਾ। ਤੁਸੀਂ ਸੋਚ ਕੇ ਚੱਲੋ ਇਸ ਚੀਜ਼ ਨੂੰ ਜਿਹੜੇ ਵੀਰ ਅੱਜ ਕਹਿੰਦੇ ਨੇ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਕਿਸੇ ਦੇ ਕੀੜੇ ਪੈ ਗਏ ਆਪਾਂ ਕੀ ਲੈਣਾ ਕਿਸੇ ਦੀ ਲੱਤ ਟੁੱਟ ਗਈ। ਸੜਕਾਂ 'ਤੇ ਕਿੰਨੇ ਵੀਰ ਮੰਦ ਬੁੱਧੀ ਬੇਸਹਾਰੇ ਫਿਰਦੇ ਨੇ ਕੁਛ ਕੁ ਇਨਸਾਨ ਕੀ ਸੋਚਦੇ ਨੇ ਜਾਂ ਪਾਲ ਖਰੋੜ ਵੀ ਅੱਜ ਤੋਂ 2 ਸਾਲ ਪਹਿਲਾਂ ਕੀ ਸੋਚਦਾ ਸੀ ਵੀ ਆਪਾਂ ਕੀ ਲੈਣਾ ਯਾਰ ਕੀ ਲੈਣਾ ਉਹ ਕੀੜੇ ਪੈ ਗਏ ਉਹ ਬੜਾ ਮਾੜਾ ਹੋ ਗਿਆ ਆਪਾਂ ਕੀ ਲੈਣਾ। ਪਰ ਜਦੋਂ ਆਪਾਂ ਕੀ ਲੈਣਾ ਨਹੀਂ ਛੱਡਾਂਗੇ ਨਾ ਤਾਂ ਸਮਾਜ ਦਾ ਭਲਾ ਨਹੀਂ ਹੋ ਸਕਦਾ। ਆਪਾਂ ਨੂੰ ਸਾਰਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਇੱਕ ਚੀਜ਼ ਛੱਡਣੀ ਪੈਣੀ ਵੀ ਯਾਰ ਆਪਾਂ ਲੈਣਾ। ਇਹ ਰੋਜੀ ਵੀਰ ਆ ਜੀ ਇਹ ਅਸੀਂ ਰੋਪੜ ਸ਼ਹਿਰ ਤੋਂ ਲੈ ਕੇ ਆਏ ਸੀ ਇਹਦੇ ਦੋਨੇ ਪੈਰਾਂ ਦੇ ਵਿੱਚ ਕੀੜੇ ਸੀਗੇ ਜੀ ਪਰ ਅੱਜ ਦੇ ਹਾਲਾਤ ਤੁਹਾਨੂੰ ਇਹਦੀ ਜਵਾਨੀ ਪਛਾ ਦਿੰਦੇ ਆ। ਇਹ ਪੰਜਾਬੀ ਭਰਾ ਸਾਡਾ ਇਹ ਕੀੜੇ ਇਹਦੀ ਲੱਤ 'ਚ ਨਹੀਂ ਹੈਗੇ ਸਾਡੇ ਸਮਾਜ ਦੇ ਨੇ ਅਸੀਂ ਇਹ ਗੱਲ ਕਹਾਂਗੇ। ਸਮਾਜ ਦਾ ਬਹੁਤਾ ਹਿੱਸਾ ਅੱਜ ਕੀੜਿਆਂ ਨੇ ਦਿਮਾਗ ਖਾ ਲਿਆ ਸਮਾਜ ਦਾ ਕਿਉਂਕਿ ਉਹ ਇੱਦਾਂ ਦੇ ਇਨਸਾਨਾਂ ਨੂੰ ਦੇਖ ਹੀ ਨਹੀਂ ਰਹੇ ਇੱਦਾਂ ਦੇ ਇਨਸਾਨਾਂ ਨੂੰ ਠੁਕਰਾ ਦਿੰਦੇ ਨੇ ਵਿਤਕਾਰ ਦਿੰਦੇ ਨੇ
ਵਿਅਰਥ ਸਾਨੇ ਕੀ ਲੈਣਾ ਪਰ ਇਹਦੇ ਤੋਂ ਕਿਸੇ ਨਾ ਕਿਸੇ ਨੇ ਤਾਂ ਲੈਣਾ ਰਹਿੰਦਾ ਵੀ ਪਰਿਵਾਰ ਆ ਯਾਰ ਬਾਕੀ ਰੋਜੀ ਅਭੀ ਰੋਜੀ ਠੀਕ ਹੋ ਕਿ ਕੀ ਕਹਿਣਾ ਚਾਹੁੰਦੇ ਸੰਗਤ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਡੀ ਲੱਤ ਵੱਢੀ ਜਾਣੀ ਸੀ ਮੈਨੂੰ ਇਹਨਾਂ ਮੇਜ਼ ਦੀ ਲੱਤ ਵੱਢੀ ਜਾਣੀ ਸੀ ਬਾਬਾ ਜੀ ਨੇ ਸਾਡਾ ਹੈਲਪ ਕੀਤੀ ਏ ਇੱਥੇ ਆਪਣੇ ਕੋਲ ਲਿਆ ਕੇ ਆਪਾਂ ਬਾਬੇ ਦਾ ਦੇਰਾ ਨਹੀਂ ਦੇ ਸਕਦੇ ਮਾਰਾ ਦੇਰਾ ਨਹੀਂ ਦੇ ਸਕਦੇ दोने पैरां जे आपां गिणती करन लग जे तां 2-4 हज़ार कीड़ा भी घट होगा एक पैर जड़ चों उंगली खाली सी ते सारे पैर दे विच कीड़े सी पर अज गुरु साहिब जी दी कृपा नाल संगत के साथ ना असं कुछ नहीं किया साढ़े कोई शक्ति नहीं है कि गुरु साहब कृपा करते हैं ये जो अभी डॉक्टर वाले लैके गए थे डॉक्टर कहना मैं पैर बढ़ूंगा जी पर यकीन मनियो अभी 15 दिन संस्था से लिया ड्रैसिंग करते रहे अरदास बेनती करते रहे पर जो दोबारा डॉक्टर को गए थे ठीक करके तो उन्हें एक गल सू जरूर कही भी कोई ना कोई इदा की पावर हैगी जो इस चीज़ में इस घर में चला रही है कला पाल करोड़ तो एक इंसान है सेवादार पर कोई ना कोई ऐसी पावर है जिदे करके सानू इत्थे बैठना पै गया समर्पित होना पै गया कह सकते हैं पर अगे गुरु साहब कृपा करेंगे ये साडा राजू भीर है जी तुसीं वीडियो नू शेयर करोगे इहदा भी परिवार लभ जूगा जी एक असीं बसी गुजरा पिंड है जी रोपड़ शहर दे नाल उत्थों असीं इक बाड़े चों छड़वाया सी जी इहने भी 20-25 साल फ्री दे विच गोहा ही चक्किया मज्जां दे विच इहदे सर्दियां दे विच इक थैला करके पाया वा सी सिर ते टोपी सी सारी संगत ने वीडियो देखी आ पर इहदा हाल तक सानू घर नहीं लभिया कोई वीर कहता ये कन्न बिन्ने पे ने यह राजस्थानी हो सकते हैं पर कुछ पता नहीं लग रहा तुम थोड़ा जक नेड़े जरूर देखियो राजू क्योंकि इन्हों का घर आप लभ जी सा सब तो वीड्डी कामयाबी होगी जो इन्हों का घर लभूगा जी तो ये साडा अली हुसैन है जी ये असं माजरी ठेकेदार पिंड रोपड़ के शहर के नाल ये वीर को चढ़वाया जी ये भी एक गुजर भरा कह सकते हो तुम एक बाड़े के बुला तीन परिवार ये तो गोहा चकवाउंदे सी जी कुछ कु वीर सानू कहंदे ने भी तुसीं गुजर भरावां दे विरोधी हो असीं कौम दे कदे भी विरोधी नहीं हो सकते क्योंकि कौम कदे माड़ी नहीं होंदी कुछ इंसान माड़े होंदे ने जेकर पाल करोड़ तों कोई गलती हो जाए तां इहदा मतलब सिख कौम सारी माड़ी नहीं हो सकती पर 99% गुजर भरावां दे बाड़े ने जिहड़े उहनां दे विच इदां दे बंदे गुलाम कीते होए ने हुशियारपुर दे विच गढ़दीवाल शहर आ उत्थे इक गुजर परिवार ने एक मंदबुद्धि इंसान नूं मार के धरती च दबता ते उहनां दे जदों दबता 3-4 दिनां बाद 10 दिनां बाद रौला पिया तां उहनां दे रिश्तेदार ने दस्सिया भी इहनां ने एक मर्डर कीता मंदबुद्धि इंसान दा क्योंकि इह पुट्ठा भी लटकाउंदे ने इदां दे बंदिआं नूं असीं प्रूफ कर देंगे इदां दे बंदिआं दे सिरां च सट्टां भी मारदे ने क्यों क्योंकि इहनां तों कम्म किदां लैणा उहनां ने ते उहनां ने की कीता हुशियारपुर दे विच फिर जदों उह गल अगे आई तां सरकार ने प्रशासन ने उह बॉडी नूं रिकवर कर लिया उत्थों ते उस परिवार से जिन्होंने जुल्म किया उन्होंने परचा दर्ज करता जी तुम ये देखो एदा वड्डा जुल्म साडे देश दे विच हो रहा नौजवानी क्यों सुती पई सरकारां नूं छड़ दो सरकारां इदां ही चलदियां आईयां ने विच चंगियां विच माड़ियां आपां कुछ नहीं लैणा पर आपां नौजवान तां जागो ना जिते तुहानूं इदां दे बंदे मिलदे ने मदद करन लई क्यों नहीं अगे आउंदे साडी तां इही तुहाडे ते अगे बेनती आ भी उत्थे तुसीं इह उड़ीक ना करो कोई संस्था होगी उत्थे तुसीं आप मदद करन लई अगे आओ ये अगे बापू बलदीप सिंह ने जी ये पटियाले गुरु नानक नगर के विचों असीं इन्हां नूं लैके आए सी जी इन्हां दे ना दुख निवारण साहब गुरद्वारा साहब आ नौवें पातशाह इन्हां दे ना चाह डुल गई सी जी लत्त दे उपर चाह डुलन तो बाद हालात इदां दे बन गए अपने घर के विच इह नर्क कट्टण लग गए सी इन्हां दी पूरी लत्त दे विच कीड़े सी सारी संगत ने वीडियो भी देखी जी ते गुरु साहब ने कृपा की असीं उत्थों इन्हां नूं लै आए ते अगे इन्हां दी सर्जरी हो चुकी है तुरदे फिरदे ने बड़ी जल्दी अपने घर चल जाणे इन्हां नूं थोड़ी जी एक दौरे की शिकायत आ असीं उह भी इन्हां दी दवाई डॉक्टर साहब तों लिखवा ली एक दो दिन दे विच चलदी हो जाऊगी गुरु साहब जी की कृपा दे नाल इदां दे बंदे ठीक हो सकदे ने नहीं साडी कोई औकात नहीं सी 10-20 मुंडियां दी भी असीं किसे नूं इक बंदे नूं भी चंगा जीवन दे दईए उस तों अगे जी इह मलकीत सिंह आ साडा बड़ा ही सत्कारयोग इह वीर दा जिहड़ा पहलां दा जीवन सीगा जी ਇਹ ਵੀਰ ਪਾਟੀ ਸਿੰਘ ਸੀਗਾ ਠੱਕਰਪੁਰ ਪਿੰਡਾ ਵੀਰ ਦਾ ਜ਼ਿਲ੍ਹਾ ਤਰਨਤਾਰਨ ਪੱਟੀ ਇਹ ਵੀਰ ਦੇ ਵੀ ਹਾਲਾਤ ਇਦਾਂ ਦੇ ਹੋ ਗਏ ਸੀ 7 ਵਜੇ ਸੀ ਜੀ ਪੈਰ ਦੇ ਵਿੱਚ ਕੀੜੇ ਪੈ ਗਏ ਸੀ ਜੀ ਉਸ ਤੋਂ ਬਾਅਦ ਜਦੋਂ ਸਾਡੇ ਕੋਲੇ ਸਿੰਘ ਛੱਡ ਕੇ ਗਏ ਵੀਰ ਨੂੰ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹਨਾਂ ਦਾ ਵੀ ਆਪਰੇਸ਼ਨ ਕਰਵਾ ਚੁੱਕੀਆਂ ਜੀ ਜਿਹਦੇ ਵਿੱਚ ਸੰਗਤ ਨੇ ਸਾਡਾ ਸਾਰਾ ਸਾਥ ਦਿੱਤਾ ਉਸ ਤੋਂ ਅੱਗੇ ਇਹਨਾਂ ਦੀ ਹੱਡੀ ਜੁੜਨੀ ਰਹਿ ਗਈ ਬੜੀ ਜਲਦੀ ਇਹ ਵੀ ਆਪਣਾ ਜਿਹੜਾ ਜੀਵਨ ਆ
ਉਹ ਆਪਣੇ ਪਰਿਵਾਰ ਦੇ ਵਿੱਚ ਜਿੱਥੇ ਇਹਨਾਂ ਦਾ ਬਚਪਨ ਬੀਤਿਆ ਜਿੱਥੇ ਪੜ੍ਹੇ ਨੇ ਖੇਡੇ ਨੇ ਜਿੱਥੇ ਦੁੱਖ ਸੁੱਖ ਸਾਰਾ ਕੁਛ ਹੰਡਾਇਆ ਉੱਥੇ ਜਾ ਕੇ ਆਪਣਾ ਇੱਕ ਬਚਪਨ ਕਹਿ ਸਕਦੇ ਹੋ ਇੱਕ ਆਪਣੀ ਜ਼ਿੰਦਗੀ ਦਾ ਚੰਗਾ ਆਨੰਦ ਲੈਣਗੇ ਬੜੀ ਜਲਦੀ ਇਹ ਦਿਮਾਗੀ ਬਿਲਕੁਲ ਠੀਕ ਨੇ ਇਹ ਕਹਿ ਸਕਦੇ ਹੋ ਸਾਡੀ ਸਾਡੀ ਸੰਸਥਾ ਦੇ ਸਭ ਤੋਂ ਪਾਠ ਕਰਨ ਵਾਲਾ ਇਨਸਾਨ ਇਹ ਕਹਿ ਸਕਦੇ ਬਹੁਤ ਹੀ ਸੁੰਦਰ ਕਿਉਂਕਿ ਇਹ ਪਾਠੀ ਸਿੰਘ ਸੀਗੇ ਪਹਿਲਾਂ ਤਾਂ ਕਰਕੇ ਗੁਰਬਾਣੀ ਇਹਨਾਂ ਨੂੰ ਪੜ੍ਹਨੀ ਬਹੁਤ ਉੱਚੀ ਪੜ੍ਹਨਾ ਅਤੇ ਬਾਕੀ ਇਹਨਾਂ ਦਾ ਜੀਵਨ ਅੱਜ ਬਹੁਤ ਸੁੰਦਰ ਹੋ ਚੁੱਕਿਆ ਪਹਿਲਾਂ ਦਾ ਜੀਵਨ ਨਿੱਕੀ ਸਿੰਘ ਜੀ ਨੇ ਦੋ ਕਬੋਲ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਛਾ ਸੁਣਾਉਣਾ ਅਸੀਂ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਾਰੂ ਕਾਨੂੰਨ ਦਾ ਵਿਰੋਧ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਚੇਂਜ ਕਰ ਦਿੱਤਾ ਜਾਵੇ ਉਹ ਸੰਜੇ ਵੀਰ ਆ ਜੀ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਉਹ ਵੀਰ ਸਾਨੂੰ 6 ਫੇਸ ਮੋਹਾਲੀ ਤੋਂ ਮਿਲਿਆ ਸੀ ਜੀ ਉਹ ਵੀਰ ਆਪਣਾ ਨਾਮ ਦੱਸਦਾ ਸੰਜੇ ਅਤੇ ਆਪਣਾ ਸ਼ਹਿਰ ਦੱਸਦਾ ਮੁਰਾਦਾਬਾਦ ਉਹਦੇ ਵੀ ਹਾਲਾਤ ਇੰਨੇ ਕੁ ਮਾੜੇ ਸੀ ਜੀ ਉਹਨੂੰ ਦੌਰਾ ਪੈਂਦਾ ਜੀ ਘਰਾਂ 'ਚ ਤਿੰਨ ਤਿੰਨ ਵਾਰੀ ਦੌਰਾ ਪੈ ਜਾਂਦਾ ਜੀ ਸਾਡੇ ਕੋਲ ਜਿਵੇਂ ਇੱਕ ਹਫ਼ਤਾ ਉਹ ਸ਼ਾਂਤ ਰਹਿੰਦਾ ਜੀ ਬਹੁਤ ਇੱਕ ਹਫ਼ਤਾ ਬਹੁਤ ਹੀ ਡਿਸਟਰਬ ਰਹਿੰਦਾ ਉੱਚੀ ਉੱਚੀ ਰੌਲਾ ਪਾਉਣਾ ਰਾਤਾਂ ਨੂੰ ਤੁੱਕਾਂ ਮਾਰਨੀਆਂ ਕੋਈ ਗੱਲ ਦਿਮਾਗ ਦੇ ਵਿੱਚ ਚੜ੍ਹ ਜਾਣੀ ਤਾਂ ਉਸੇ ਨੂੰ ਰਿਪੀਟ ਕਰੀ ਜਾਣਾ ਬੋਲੀ ਜਾਣਾ 5 ਕਿਲੋ ਦਾ ਬੱਟਾ ਜਾਂ ਕੁਛ ਜਾਂ ਮੈਂ ਚਾਹੇ ਕੀ ਰੇੜੀ ਲਗਾਊਂਗਾ ਜਾਂ ਕੁਛ ਉਸ ਵੀਰ ਦਾ ਵੀ ਸਾਨੂੰ ਹੱਥ ਘਰ ਨਹੀਂ ਲੱਗਿਆ ਤੁਸੀਂ ਸਾਰੇ ਵੀਰ ਉਸ ਨੂੰ ਜਾਣਦੇ ਹੋ ਤੁਸੀਂ ਸਾਡੀਆਂ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਇੱਕ ਮਾਂ ਦਾ ਜਿਹੜਾ ਪੁੱਤ ਆ ਉਹ ਤੁਹਾਡੇ ਥੋੜ੍ਹੇ ਜਿਹੇ ਸ਼ੇਅਰ ਨਾਲ ਘਰ ਜਾ ਸਕਦਾ ਇੱਥੇ ਵੀ ਸੇਵਾ ਬਹੁਤ ਵਧੀਆ ਹੋ ਰਹੀ ਆ ਪਰ ਸਾਡਾ ਅਸਲ ਮਕਸਦ ਕੀ ਆ ਇੱਕ ਬੱਚੇ ਨੂੰ ਆਪਣੀ ਮਾਂ ਬਾਪਾ ਤੱਕ ਮਿਲਾਉਣਾ ਉਸ ਤੋਂ ਅੱਗੇ ਅਸੀਂ ਗੱਲ ਕਰਦੇ ਕੌਰ ਸਿੰਘ ਦੀ ਇਹ ਕੌਰ ਸਿੰਘ ਦਾ ਪਿੰਡ ਆ ਜੀ ਬਮਾਲ ਧੂਰੀ ਸ਼ਹਿਰ ਦੇ ਬਿਲਕੁਲ ਨਾਲ ਤੇ ਕੌਰ ਸਿੰਘ ਨੂੰ ਦਿਮਾਗੀ ਪ੍ਰੋਬਲਮ ਆ ਗਈ ਸੀ ਤੇ ਇਹਨਾਂ ਨੂੰ ਵੀ 15 ਸਾਲ ਪਰਿਵਾਰ ਨੇ ਮੰਜੇ ਦੇ ਉੱਪਰ ਬੰਨ੍ਹ ਕੇ ਹੀ ਰੱਖਿਆ ਜੀ ਕਿਉਂਕਿ ਬਜ਼ੁਰਗ ਮਾਂ ਬਾਪ ਸੀਗੇ ਭਰਾ ਇਲਾਜ ਕਰਾਉਣ ਤੋਂ ਅਸਮਰੱਥ ਸੀਗੇ ਤੇ ਉਹਨਾਂ ਨੇ ਮੰਜੇ 'ਤੇ ਬੰਨ੍ਹ ਕੇ ਰੱਖਿਆ ਜੇ ਵੀ ਭਾਵੁਕ ਹੋ ਗਿਆ ਸੀਗਾ ਕਹਿੰਦਾ ਮੈਂ ਮੇਰੀ ਬੇਬੇ ਨੂੰ ਮਿਲਣਾ ਔਰ ਮਿਲਣਾ ਬੇਬੇ ਨੂੰ ਹਾਂ ਮੇਰੀ ਬੇਬੇ ਨੂੰ ਵੀ ਤਾਂ ਤੂੰ ਮਿਲਣਾ ਯਾਰ ਦੇਖ ਲਾ ਆਪਣੀ ਮਾਂ ਆ ਯਾਰ ਸੇਵਾ ਕਰਨ ਤੋਂ ਨੀ ਭੱਜਦੇ ਪਰ ਇਹਨਾਂ ਨੂੰ ਆ ਕੇ ਜੇ ਤੁਸੀਂ ਮਿਲ ਕੇ ਜਾਓਗੇ ਨਾ ਤਾਂ ਬੜੀ ਜਲਦੀ ਠੀਕ ਹੁੰਦੇ ਨੇ ਇੱਦਾਂ ਤੋੜ ਕੇ ਨਾ ਸਿੱਟੋ ਕਿਸੇ ਇਨਸਾਨ ਨੂੰ ਇੱਦਾਂ ਠੀਕ ਨਹੀਂ ਕੀਤਾ ਜਾ ਸਕਦਾ ਤੁਸੀਂ ਆਓਗੇ ਦੁੱਖ ਸੁੱਖ ਵੰਡੋਗੇ ਬੜੀ ਜਲਦੀ ਠੀਕ ਹੋਣਗੇ ਇਹ ਸਾਡਾ ਬਹੁਤ ਹੀ ਹਸਮੁੱਖ ਕਹਿ ਸਕਦੇ ਹੋ ਡਿੰਪਲ ਕੁਮਾਰ ਇਹ ਅਸੀਂ ਜਿੱਥੇ ਆਪਣੇ ਦੇਸ਼ ਦਾ ਝੰਡਾ ਲਹਿਰਾਇਆ ਜਾਂਦਾ ਅਟਾਰੀ ਬਾਰਡਰ 'ਤੇ ਉਸ ਤੋਂ ਥੋੜ੍ਹਾ ਜਿਹਾ ਪਹਿਲਾਂ ਇਹ ਵੀਰ ਬੈਠਾ ਸੀ ਇਹਦੇ ਲੱਤ ਦੇ ਹਾਲਾਤ ਕੀ ਸੀਗੇ ਇਹਦੇ ਪੈਰ ਦੇ ਵਿੱਚ ਕੀੜੇ ਪੈ ਗਏ ਸੀ ਇਹ ਇੱਦਾਂ ਹੀ ਸੜਕਾਂ 'ਤੇ ਫਿਰੀ ਗਏ ਘਰਿੰਡਾ ਟਾਣਾ ਪੈਂਦਾ ਉਹਦੇ ਨੇੜੇ ਵੀਰ ਬੈਠਾ ਸੀ ਹਾਲਾਤ ਬਹੁਤ ਹੀ ਤਰਸਯੋਗ ਸੀਗੇ ਜੀ ਪਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਕ ਪਾਸੇ ਅਸੀਂ ਦੇਸ਼ ਦਾ ਝੰਡਾ ਲਹਿਰਾ ਰਹੇ ਹਾਂ ਇੱਕ ਪਾਸੇ ਉਸੇ ਝੰਡੇ ਦੇ ਪਿੱਛੇ ਆਜ਼ਾਦੀ ਲਿਆਉਣ ਵਾਲੇ ਇਨਸਾਨ ਕੀੜਿਆਂ ਤੋਂ ਖਾਧੇ ਜਾ ਰਹੇ ਨੇ ਐਸੇ ਝੰਡਿਆਂ ਨੂੰ ਅਸੀਂ ਕੀ ਕਰਨਾ ਅਸੀਂ ਸਤਿਕਾਰ ਕਰਦੇ ਹਾਂ ਹਰ ਇੱਕ ਝੰਡੇ ਦਾ ਹਰ ਇੱਕ ਦੇਸ਼ ਦਾ ਕਹਿ ਸਕਦੇ ਹਾਂ ਪਰ ਜਿੱਥੇ ਸਾਡਾ ਇਨਸਾਨ ਹੀ ਮਰ ਰਿਹਾ ਸੀ ਉੱਥੇ ਕੀ ਬੋਲੀਏ ਕੀ ਕਹਿ ਸਕਦੇ ਹਾਂ ਸਾਡੇ ਕੋਲ ਸ਼ਬਦ ਘੱਟ ਜਾਂਦੇ ਜਦੋਂ ਇੱਦਾਂ ਦੇ ਇਨਸਾਨ ਉਹਨਾਂ ਦੇ ਕੀੜੇ ਪੈ ਜਾਂਦੇ ਨੇ ਡਿੰਪਲ ਤੁਸੀਂ ਠੀਕ ਹੋ ਠੀਕ ਹੈ ਜੀ ਪੱਕਾ ਠੀਕ ਹੋ ਤੁਹਾਡੇ ਇਹ ਹਾਲਾਤ ਕਾਹਤੋਂ ਤੁਹਾਡੇ ਕੀੜੇ ਕਾਹਤੋਂ ਪੈ ਗਏ ਸੀ ਲੱਤ ਦੇ ਵਿੱਚ ਤੁਹਾਨੂੰ ਪਤਾ ਪਹਾੜੀ ਗਏ ਕਾਂਟਾ ਲੱਗ ਗਏ ਓਕੇ ਹੁਣ ਤੁਹਾਡੇ ਠੀਕ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਸਾਰੇ ਤੁਹਾਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਦੀਵਾਲੀ ਦੀਆਂ ਮੁਬਾਰਕਾਂ ਦੇ ਦਿਓ ਚਲੋ ਇਹ ਬਹੁਤ ਹੀ ਕਹਿ ਸਕਦੇ ਹੋ ਘੋੜਾ ਇਨਸਾਨ ਆ ਜੀ ਇਹ ਹਰ ਵਕਤ ਹੱਥੇ ਜੋੜ ਕੇ ਰੱਖਦਾ ਤੁਹਾਨੂੰ ਇੱਕ ਇਹਦੀ ਅਸੀਂ ਗੱਲ ਸ਼ੇਅਰ ਕਰਨਾ ਚਾਹੁੰਦੇ ਹਾਂ ਡਾਕਟਰ ਨੇ ਕਿਹਾ ਸੀ ਵੀ ਇਹਦਾ ਪੈਰ ਇੱਥੋਂ ਕੱਟਾਂਗੇ ਜੀ ਪਰ ਜਦੋਂ ਉਹਨਾਂ ਨੇ ਇਹਦੇ ਇਹ ਹਾਲਾਤ ਦੇਖੇ ਇਹ ਹੱਥ ਜੋੜਨ ਦਾ ਇਹਨੂੰ ਬਹੁਤ ਜਦੋਂ ਵੀ ਦੇਖੂ ਕਿਸੇ ਨੂੰ ਹੱਥ ਜੋੜ ਦਿੰਦਾ ਤਾਂ ਡਾਕਟਰਾਂ ਨੇ ਤਰਸ ਖਾ ਕੇ ਇਹਦਾ ਲੱਤ ਇੱਥੋਂ ਦੀ ਵੱਡੀ ਇਕੱਲੇ ਪੰਬਾ ਕਹਿ ਸਕਦੇ ਹੋ ਦਿਖਾਇਓ ਡਿੰਪਲ ਤਲੀਆਂ ਉਂਗਲੀਆਂ ਹੀ ਵੱਡੀਆਂ ਉਹ ਤਰਸ ਖਾ ਕੇ ਕਹਿੰਦੇ ਅਸੀਂ ਇਹਦਾ ਪੈਰ ਬਚਾਵਾਂਗੇ ਇਹ ਸਾਰੀ ਜਗ੍ਹਾ ਕੀੜਿਆਂ ਨੇ ਖਾਧੀ ਵੀ ਸੀਗੀ ਉਸ ਤੋਂ ਬਾਅਦ ਇਹ ਮਦਨ ਲਾਲ ਜੀ ਨੇ ਜੀ ਇਹਨਾਂ ਨੂੰ ਅਸੀਂ ਇੱਥੇ ਇੱਕ ਗੱਲ ਜ਼ਰੂਰ ਕਹਾਂਗੇ ਵੀ ਸਾਡੇ ਦੇਸ਼ ਦਾ ਸਿਸਟਮ ਤੁਸੀਂ ਦੇਖ ਸਕਦੇ ਹੋ ਸਰਕਾਰੀ ਹਸਪੀਟਲ ਦਾ ਇੰਨਾ ਕੁ ਬੁਰਾ ਹਾਲ ਕਹਿ ਸਕਦੇ ਹੋ ਇਹ ਫਗਵਾੜੇ ਸ਼ਹਿਰ ਦੇ ਵਿੱਚ ਸਰਕਾਰੀ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਵੀਰ ਬੈਠਾ ਸੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਇੱਕ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਨਰਕ ਕੱਟ ਰਿਹਾ ਸੀ ਇਹਦੇ ਪੈਰ ਦੇ ਵਿੱਚ ਵੀ ਕੀੜੇ ਸੀਗੇ ਮਦਨ ਲਾਲ ਠੀਕ ਹੋ ਤੁਸੀਂ ਵੀਰੇ ਕੀ ਕਹਿਣਾ ਚਾਹੁੰਦੇ ਸਾਰਿਆਂ ਨੂੰ ਠੀਕ ਹੈ ਤੁਸੀਂ ਨਾਮ ਘੱਟ ਜਪਦੇ ਹੋ ਵਾਹਿਗੁਰੂ ਵਾਹਿਗੁਰੂ ਕਰਨੇ ਕਰੋ
ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਤੇ ਇਸ ਲਈ ਉਸ ਤੋਂ ਅੱਗੇ ਤੁਹਾਨੂੰ ਇੱਕ ਇਹ ਕਹਿ ਸਕਦੇ ਹਾਂ ਰੱਬ ਨੂੰ ਪੀਰੂ ਮਿਲਾਉਣਾ ਚਾਹੁੰਦੇ ਹਾਂ ਜੀ ਇਹ ਦਵਿੰਦਰ ਕੁਮਾਰ ਛਾਬੜਾ ਅਸੀਂ ਗਿੱਦੜਵਾਈ ਸ਼ਹਿਰ ਤੋਂ ਲੈ ਕੇ ਆਏ ਸੀ ਜੀ ਇਹ ਬੱਚੇ ਨੂੰ ਵੀ ਇਸ ਬੱਚੇ ਦੀ ਜਿਹੜੀ ਮਾਂ ਉਹ ਬੰਨ ਕੇ ਰੱਖਦੇ ਸੀ ਜੀ ਕਿਸੇ ਮਜਬੂਰੀ ਦੇ ਕਾਰਨ ਦਿਮਾਗੀ ਪ੍ਰੋਬਲਮ ਦੇ ਕਾਰਨ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪਿਛਲੇ 8-10 ਮਹੀਨਿਆਂ ਤੋਂ ਸਾਡੇ ਕੋਲ ਆ ਬੱਚਾ ਸਾਡੇ ਪਰਿਵਾਰ ਦਾ ਇੱਕ ਹਿੱਸਾ ਤੁਸੀਂ ਕਹਿ ਸਕਦੇ ਹੋ ਇਹ ਦਿਨ ਦੇ ਵਿੱਚ ਘਰੇ ਹੁੰਦਾ ਸਾਡਾ ਸਾਰਾ ਪਰਿਵਾਰ ਇਹਨੂੰ ਸਾਂਭਦਾ ਤੇ ਰਾਤ ਨੂੰ ਸਾਡੇ ਨਾਲ ਰਿਹ ਪੈਂਦਾ ਸੰਸਥਾ ਦੇ ਵਿੱਚ ਅਸੀਂ ਇਲਾਜ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਹਾਲ ਤੱਕ ਇਸ ਬੱਚੇ ਦਾ ਇਲਾਜ ਨਹੀਂ ਹੋ ਪਾ ਰਿਹਾ ਕਿਉਂਕਿ ਇਹ ਬੱਚੇ ਜਿਹੜਾ ਦਿਮਾਗ ਆ ਉਹ ਵਿਕਸਿਤ ਨਹੀਂ ਹੋਇਆ ਜੀ ਉਹ ਡਾਕਟਰ ਕਹਿੰਦੇ ਨੇ ਉਹ ਬਣ ਨਹੀਂ ਪਾਊਗਾ ਦੁਬਾਰਾ ਜੀ ਉਸ ਤੋਂ ਅੱਗੇ ਇਹ ਗੁਰਮੀਤ ਸਿੰਘ ਆ ਜੀ ਇਹ ਅਸੀਂ ਰੋਡੇ ਪਿੰਡ ਤੋਂ ਲੈ ਕੇ ਆਏ ਸੀ ਜੀ ਹਜੂਰੀਆ ਦੇ ਜੀ ਇਹ ਰੋਡੇ ਪਿੰਡ ਤੋਂ ਲੈ ਕੇ ਆਏ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਪਿੰਡੋਂ ਜੀ ਇਹ ਬੱਚੇ ਨੂੰ ਘੱਟੋ ਘੱਟ 25 ਸਾਲ ਪਰਿਵਾਰ ਨੇ ਬੰਨ ਕੇ ਰੱਖਿਆ ਜੀ ਕਿਉਂਕਿ ਇਸ ਬੱਚੇ ਨੂੰ ਦਿਮਾਗੀ ਪ੍ਰੋਬਲਮ ਆਉਣ ਕਰਕੇ ਉਹਨਾਂ ਨੇ 25 ਸਾਲ ਪਰਿਵਾਰ ਦੇ ਵਿੱਚ ਬੰਨ ਕੇ ਰੱਖਿਆ ਤੇ ਇਹ ਬੱਚਾ ਇਹ ਕਹਿ ਸਕਦੇ ਹੋ ਵੀਰ ਇਹ ਆਪਣਾ ਬਾਥਰੂਮ ਤੱਕ ਡੱਬੇ 'ਚ ਕਰਕੇ ਇਹ ਵੀਰ ਪੀ ਲੈਂਦਾ ਸੀ ਜੀ ਜਾਂ ਇਹ ਇਸ ਬੱਚੇ ਨੂੰ ਇਹ ਨਹੀਂ ਪਤਾ ਵੀ ਟੋਇਲਟ ਕਰਕੇ ਅੱਗੇ ਕਰਨਾ ਕੀ ਆ ਹੁਣ ਗੁਰਮੀਤ ਵਾਹਿਗੁਰੂ ਬੋਲਦੇ ਤੁਹਾਨੂੰ ਮਿਠਾਈ ਦੇਵਾਂਗੇ ਖਾਣ ਨੂੰ ਤੁਹਾਨੂੰ ਵਾਹਿਗੁਰੂ 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 ਲੈ ਵੀ ਡੰਡਾ ਲਿਆਓ ਫਿਰ ਫੜ ਲਓ ਕੇਰਾ ਮੁੰਡੇ ਨੂੰ ਫੜ ਲਓ ਬੋਲੋ ਵਾਹਿਗੁਰੂ ਗੁਰਮੀਤ ਬੋਲਦੇ ਵੀਰੇ ਇਹਦੇ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਸਾਰਾ ਸਿਹਤ ਪਹਿਲਾਂ ਨਾਲੋਂ ਭਾਰੀ ਭਾਰੀ ਹੋਣ ਲੱਗ ਗਈ ਅਸੀਂ ਦੰਦ ਵੀ ਇਹਦੇ ਬੜੀ ਜਲਦੀ ਡਾਕਟਰ ਸਾਹਿਬ ਕੋਲੇ ਲੈ ਕੇ ਸਾਫ ਕਰਾਵਾਂਗੇ ਕਿਉਂਕਿ ਸਾਡੇ ਇਹ ਪਰਿਵਾਰ ਦਾ ਹਿੱਸਾ ਨੇ ਇਹ ਕਹਿ ਸਕਦੇ ਹੋ ਮੇਰਾ ਛੋਟਾ ਭਰਾ ਕਹਿ ਸਕਦੇ ਆ ਇਹਦਾ ਵੀ ਜਿਹੜਾ ਇਲਾਜ ਹੈ ਜਨਮ ਤੋਂ ਹੀ ਇੱਦਾਂ ਦੇ ਹਾਲਾਤਾਂ 'ਚ ਸੀਗਾ ਜੀ ਪਰਿਵਾਰ ਨੇ ਇਲਾਜ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸ਼ਾਇਦ ਉਹ ਦੱਸਦੇ ਨੇ ਵੀ ਜਿਹੜੇ ਪਿੰਡ ਦੀਆਂ ਰੂੜੀਆਂ ਨੇ ਉਹਨਾਂ 'ਤੇ ਵੀ ਗੰਦਗੀ ਚੱਕ ਕੇ ਖਾ ਲੈਂਦਾ ਸੀ ਜਿਹੜੇ ਬੰਦੇ ਨੂੰ ਟੋਇਲਟ ਬਾਰੇ ਨਹੀਂ ਪਤਾ ਵੀ ਟੋਇਲਟ ਦਾ ਕੀ ਕਰਨਾ ਤਾਂ ਉਹ ਕੀ ਸਮਝ ਸਕਦੇ ਆਪਾਂ ਇੱਦਾਂ ਦੀਆਂ ਰੂਹਾਂ ਨੂੰ ਅਸੀਂ ਛੱਡ ਨਹੀਂ ਸਕਦੇ ਪਿੰਡਾਂ ਦੇ ਵਿੱਚ ਤੁਹਾਨੂੰ ਅਸਲ ਗੱਲ ਦੱਸੀ ਜਿੰਨੀ ਕੁ ਵੀ ਸਾਡੇ 'ਤੇ ਕਿਰਪਾ ਕਰਨਗੇ ਗੁਰੂ ਸਾਹਿਬ ਸਾਨੂੰ ਬੜੀ ਜਲਦੀ ਮੱਤ ਦਿੱਤੀ ਪਰਮਾਤਮਾ ਨੇ ਇੱਦਾਂ ਦੇ ਵੀਰ ਦਿਖਣ ਲੱਗ ਪਏ ਪਿੰਡਾਂ ਦੇ ਵਿੱਚ ਇੱਦਾਂ ਦੇ ਵੀਰਾਂ ਨੂੰ ਅਸੀਂ ਜਮੀ ਨਹੀਂ ਛੱਡਾਂਗੇ ਪਿੰਡਾਂ ਦੇ ਵਿੱਚ ਜਿੰਨੀ ਸਾਡੇ 'ਤੇ ਮਹਾਰਾਜ ਕਿਰਪਾ ਕਰਨਗੇ ਅਸੀਂ ਉੱਥੋਂ ਤੱਕ ਜਾਵਾਂਗੇ ਇਹਨਾਂ ਦੇ ਇਲਾਜ ਲਈ ਵੀ ਵੱਧ ਤੋਂ ਵੱਧ ਬੰਦਿਆਂ ਦੀ ਸੇਵਾ ਕਰਨ ਲਈ ਗੁਰੂ ਸਾਹਿਬ ਕਿਰਪਾ ਕਰਨਗੇ ਇਹ ਸਾਡੇ ਜੀਤ ਸਿੰਘ ਜੀ ਨੇ ਬਹੁਤ ਸਤਿਕਾਰਯੋਗ ਇਹ ਵੀ ਕਿਸੇ ਟਾਈਮ ਟਰਾਲਾ ਚਲਾਉਂਦੇ ਸੀ ਜੀ ਇਹ ਵੀ ਹੁਣ ਠੀਕ ਨੇ ਬੜੀ ਜਲਦੀ ਆਪਣੇ ਪਰਿਵਾਰ ਦਾ ਹਿੱਸਾ ਬਣਨਗੇ ਜਾ ਕੇ ਬੜੀ ਜਲਦੀ ਅਤੇ ਇਹ ਬਹੁਤ ਹੀ ਸਪੈਸ਼ਲ ਬੰਦਾ ਸਾਡੀ ਸੰਸਥਾ ਦਾ ਕਹਿ ਸਕਦੇ ਹੋ ਆਪਣੇ ਪਰਿਵਾਰ ਦਾ ਕਹਿ ਸਕਦੇ ਹੋ ਇਹ ਵੀ ਕਿਸਾਨ ਮਾਰੂ ਬਿੱਲ ਵਾਪਸ ਕਰੋ ਦਾ ਹੋਕਾ ਤੁਹਾਡੇ ਤੱਕ ਦੇ ਰਿਹਾ ਕੁਲਦੀਪ ਸਿੰਘ ਸੋਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੀ ਕੀ ਕਹਿਣਾ ਚਾਹੁੰਦੇ ਹੋ ਵੀਰੇ ਸੰਗਤ ਨੂੰ ਭਲਾ ਹੋਵੇ ਜੀ ਸਭ ਦਾ ਭਲਾ ਹੋਵੇ ਤੇਰਾ ਵੀ ਭਲਾ ਹੋਵੇ ਹਨਾ ਵੀਰੇ ਤੈਨੂੰ ਸਾਰੇ ਦੇਖ ਰਹੇ ਨੇ ਤੈਨੂੰ ਕਿੰਨਾ ਪਿਆਰ ਕਰਦੇ ਨੇ ਜਿਨ੍ਹਾਂ ਦੇ ਪੈਰਾਂ 'ਚ ਕੀੜੇ ਪੈ ਜਾਂਦੇ ਨੇ ਕਿੰਨੀ ਦਰਦ ਹੁੰਦੀ ਹੈ ਜਾਂ ਦਰਦ ਲੱਗਦਾ ਤੁਸੀਂ ਦੇਖੇ ਨੇ ਉਹਰੇ ਪੈ ਹੋਏ ਆ ਲਈ ਜਾਂਦੇ ਮਨ 'ਚ ਕੀ ਕਹਾਂ ਵੀਰੇ ਜਿਵੇਂ ਉਹਨਾਂ ਦਾ ਦਰਦ ਹੁੰਦੀ ਸੀ ਕਦੇ ਮੇਰੇ ਨਾ ਹੋ ਜੇ ਨਹੀਂ ਤੁਹਾਡੇ ਨਹੀਂ ਹੁੰਦੀ ਹੁਣ ਤੁਸੀਂ ਦੇਖੇ ਨਾ ਡਿੰਪਲ ਉਹਨਾਂ ਦੇ ਪਏ ਹੋਏ ਹਾਂ ਜੀ ਦੇਖੇ ਸੀ ਉਹ ਦਿਲ ਆਪਾਂ ਰੋਜੀ ਦੇ ਕਿੰਨੇ ਕੀੜੇ ਪਏ ਹੋਏ ਸੀ ਹਾਂ ਹਨਾ ਹਾਂ ਜੀ ਫਿਰ ਹੁਣ ਆਪਾਂ ਠੀਕ ਕਿਵੇਂ ਕਰਨੇ ਉਹ ਜਿਵੇਂ ਇਹਨਾਂ ਦੇ ਪੈਰ ਸਾਫ ਨੇ ਠੀਕ ਨੇ ਕੀ ਕਹਿਣਾ ਚਾਹੁੰਦੇ ਤੁਹਾਨੂੰ ਸਾਰੀ ਸੰਗਤ ਦੇਖ ਰਹੀ ਹੈ ਸਾਰੀ ਦੁਨੀਆ ਹੀ ਦੇਖ ਰਹੀ ਹੈ ਨੈਟ ਚੱਲ ਰਿਹਾ ਜੀ ਉੱਥੇ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਕੁਝ ਵੀ ਸੁਣਾ ਦਿਓ ਭਲੇ ਸੋਨਿਆ ਸਤਿ ਸ੍ਰੀ ਅਕਾਲ ਇਹ ਵੀਰ ਨਾ ਜਦੋਂ ਸਾਨੂੰ ਮਿਲਿਆ ਸੀ ਜੀ ਸਟਾਰਟਿੰਗ ਦੇ ਵਿੱਚ ਤੀਜਾ ਕ ਮੈਂਬਰ ਸੀ ਸੰਸਥਾ ਦਾ ਇਹ ਉਸ ਟਾਈਮ ਆਪਣਾ ਨਾਮ ਡਿੰਪਲ ਦੱਸਦਾ ਸੀ ਸੁਣੀ ਤੈਨੂੰ ਯਾਦ ਹੈ ਤੈਨੂੰ ਅਸੀਂ ਕਿੱਥੋਂ ਲੈ ਕੇ ਆਏ ਸੀ ਦੱਸ ਪਲਾਂ ਇੱਥੇ ਚਰਾਇਲਾ ਪਿੰਡ ਤੋਂ ਜੀ ਉਹ ਮੈਨੂੰ ਪ੍ਰਸ਼ਾਦਾ ਸਿਖਾਉਂਦੇ ਸੀ 2-3 ਦਿਨ ਸਿਖਾਇਆ ਫਿਰ ਤੁਸੀਂ ਲੈ ਜੀ ਠੀਕ ਹੈ ਠੀਕ ਹੈ ਠੀਕ ਹੈ ਉਸ ਤੋਂ ਬਲ ਦਿੱਤਾ ਦਿੱਤੇ ਲੈਣ ਨੂੰ ਕੰਬਲ ਠੰਡ ਕਰਕੇ ਠੀਕ ਹੈ ਠੀਕ ਹੈ ਤੇ ਉੱਥੇ ਲੋਕ ਜੇ ਤੁਰੇ ਫਿਰਦੇ ਹਨ ਤੇ ਉਸ ਤੋਂ ਬਾਅਦ ਨਾ ਜੀ ਜਦੋਂ ਅਸੀਂ ਵੀਡੀਓ ਸ਼ੇਅਰ ਕੀਤੀ ਸਾਨੂੰ ਪਰਿਵਾਰ ਮਿਲ ਗਿਆ ਇਹਨਾਂ ਦਾ ਸਾਨੂੰ ਇਹਦੀ ਸਟੋਰੀ ਸਾਰੀ ਪਤਾ ਲੱਗੀ ਵੀ ਇਹ ਇਨਸਾਨ ਦਾ ਇੱਕ ਵੀਜ਼ਾ ਲੱਗ ਗਿਆ ਸੀ ਸਪੇਨ ਚੱਲਿਆ ਸੀ ਵੀਰ ਇਹ ਏਅਰਪੋਰਟ 'ਤੇ ਚੱਲ ਗਿਆ ਸੀ ਜੀ ਏਅਰਪੋਰਟ 'ਤੇ ਜਾ ਕੇ ਕੋਈ ਦਿਮਾਗੀ ਐਸੀ ਪ੍ਰੋਬਲਮ ਆਈ ਉੱਥੋਂ ਹੀ ਵੀਰ ਮੁੜਿਆ ਜਾ 5 ਸਾਲ ਪਰਿਵਾਰ ਦੱਸਦਾ ਵੀ ਐਸੇ ਹਾਲਾਤ ਵੀ ਆ ਜਾਂਦੇ ਤੇ ਲੋਕਾਂ ਨੂੰ ਵੀ ਕੁੱਟਣ ਦੀ ਕੋਸ਼ਿਸ਼ ਕਰਦਾ ਸੀ ਕੱਪੜੇ ਵੀ ਕਦੇ ਕਦੇ ਪ੍ਰੋਬਲਮ ਆਉਂਦੀ ਸੀ ਪਰ ਅੱਜ ਤੁਸੀਂ ਦੇਖੋ ਗੁਰੂ ਸਾਹਿਬ ਦੀ ਕਿਰਪਾ ਨਾਲ ਵੀ ਅੱਜ ਇਸ ਬੰਦੇ ਦੀ ਸਾਰੀ ਮੈਮਰੀ ਵਾਪਸ ਆ ਗਈ ਜਪਜੀ ਸਾਹਿਬ ਦਾ ਸਾਰਾ ਇਹਦੇ ਜਿਹੜਾ ਪਾਠ ਆ ਮੂੰਹ ਜਵਾਨੀ ਯਾਦ ਆ ਤੁਸੀਂ ਇੱਕ ਪਹਿਲੀ ਪੌੜੀ ਪੰਕਤੀ ਜ਼ਰੂਰ ਸੁਣਾ ਦਿਓ ਸੰਗਤ ਨੂੰ ਤੁਹਾਨੂੰ ਤਾਂ ਬਹੁਤ ਪਿਆਰ ਕਰਦੀ ਹੈ ਸੰਗਤ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਯੋਨੀ ਸਹਿ ਅੰਗਰ ਪ੍ਰਸਾਦ
ਗੁਰਪ੍ਰਸਾਦ ਜਪ ਆਦਿ ਸਚ ਜਗਾਤ ਸਚ ਹੈ ਵੀ ਸਚ ਨਾਮ ਕੋ ਸੀ ਸਚ। ਹੋਰ ਕੀ ਤੁਹਾਡੇ ਦਿਲ ਦੇ ਵਿੱਚ ਕੋਈ ਖਿਆਲ, ਕੋਈ ਸੰਗਤ ਨੂੰ ਮੈਸੇਜ ਦੇਣਾ ਹੋਵੇ? ਮੈਂ ਆਪਣੇ ਘਰ ਜਾਣਾ ਜੀ, ਬਸ ਇਹੀ ਖਿਆਲ ਆਉਂਦਾ ਜੀ। ਪਰ ਉਹ ਜੀਤ ਸਿੰਘ ਜੀ ਇਹਨਾਂ ਦੇ ਫਾਦਰ ਸਾਹਿਬ ਨੇ ਜੀ, ਬੜੀ ਜਲਦੀ ਠੀਕ ਹੋ ਕੇ ਇਹਨਾਂ ਦਾ ਪਰਿਵਾਰ ਘਰ ਵੀ ਹੈਗਾ, ਆਪਣੇ ਰੁਜ਼ਗਾਰੇ ਰੁਜ਼ਗਾਰ ਜੋਗੀ ਖੇਤੀ ਵੀ ਜ਼ਮੀਨ ਵੀ ਹੈਗੀ ਆ। ਬੜੀ ਜਲਦੀ ਬਾਪ ਤੇ ਪੁੱਤ ਬਹੁਤ ਸੋਹਣੇ ਜੀਵਨ ਦੇ ਵਿੱਚ ਇੱਥੇ ਵੀ ਨੇ, ਉੱਥੇ ਵੀ ਬੜੀ ਜਲਦੀ ਠੀਕ ਹੋ ਗਏ, ਕਿਉਂਕਿ ਸਾਨੂੰ 2 ਸਾਲ ਕਰੀਬ ਇਹਦੇ 'ਤੇ ਮਿਹਨਤ ਕਰੀ ਵੀ ਆ, ਬੜੀ ਜਲਦੀ ਠੀਕ ਹੋ ਜਾਵੇ, ਕਿਉਂਕਿ 3 ਸਾਲ ਦੀ ਜਿਹੜਾ ਕੋਰਸ ਆ ਦਵਾਈ ਦਾ, ਇਹ ਤਾਂ ਸਾਡਾ ਭਰਾ ਇਹ ਕਹਿ ਸਕਦੇ ਹੋ, ਆਪਾਂ ਤੇਰਾ ਵਿਆਹ ਵੀ ਕਰਨਾ ਉਹਦੇ। ਠੀਕ ਹੈ ਜੀ, ਉਂਝ ਤੁਸੀਂ ਸਾਨੂੰ ਜਾਣਦੇ ਕਿ ਨਹੀਂ? ਮੈਂ ਤੁਹਾਨੂੰ ਜਾਣਦਾ ਵੀ ਤੁਸੀਂ ਵੀ ਮੇਰੇ ਭਰਾ। ਠੀਕ ਹੈ, ਮੇਰੀ ਸੋਚ ਤੁਸੀਂ ਮਾੜੀ ਤੇ ਨਹੀਂ ਦੇਖੀ? ਨਹੀਂ ਦੇਖੀ। ਅੱਛਾ ਠੀਕ, ਤਾਂ ਇੰਨਾ ਸੋਹਣਾ ਤੇ ਇੰਨਾ ਘੈਂਟ ਬੰਦਾ ਯਾਰ ਵੀਰੇ, ਉਧਰ ਆਪਾਂ ਚੰਡੀਗੜ੍ਹ ਗਏ ਸੀ ਨਾ ਗੱਡੀ ਲੈਣ, ਉਧਰ ਮੇਰਾ ਟਾਈਮ ਪਾਸ ਨਹੀਂ ਸੀ ਹੋ ਰਿਹਾ ਜੀ। ਫਿਰ ਤੁਸੀਂ ਕੜੀ ਚਾਵਲ ਲਿਆਏ, ਉਹ ਖਾਧੇ ਜੀ, ਕੇਲੇ ਖਾਧੇ, ਫਿਰ ਸੇਬ, ਬੜਾ ਕੁਝ ਖਵਾਉਣ ਹੋਈ ਦੱਸੋ। ਫਿਰ ਗੱਡੀ, ਫਿਰ ਸ਼ੇਰਗੜ੍ਹ ਮੇਰੇ ਮਾਮੇ ਨੇ ਸ਼ੇਰਗੜ੍ਹ ਫਲੋਰੀ ਕੋਲ। ਠੀਕ ਹੈ ਵੀਰੇ, ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਜੀਤ ਸਿੰਘ ਜੀ ਨੇ ਜੀ, ਪਿੰਡ ਬੜੀ ਇਹਨਾਂ ਦਾ ਜੀ, ਜ਼ਿਲ੍ਹਾ ਸੰਗਰੂਰ ਹੈ ਜੀ, ਇਹ ਵੀ ਡੇਢ ਕਰੀਬ 10-12 ਸਾਲ ਪਿੰਡ ਦੀ। ਬਾਪੂ ਜੀ ਤੁਸੀਂ ਕਿੰਨੇ ਕੁ ਸਾਲ ਪੈ ਰਹੇ ਸੱਤ 'ਚ? ਬਜ਼ੁਰਗਾਂ ਦਾ ਵੀ ਪਰ ਇੱਕ ਗੱਲ, ਜਿੱਦਾਂ ਬਜ਼ੁਰਗਾਂ ਦੇ ਹੱਥ 'ਚ ਵੀ ਪ੍ਰੋਬਲਮ ਆ, ਇਹ ਵੀ 10-15 ਸਾਲ ਆਪਣੇ ਪਿੰਡ ਦੇ ਸੱਤ ਦੇ ਵਿੱਚ ਲਾ ਵਾਰਸਾ ਵਾਂਗੂ ਪੈ ਰਹੇ ਜੀ। ਤੇ ਇਹ ਬਾਪੂ ਭਿੰਦਰ ਸਿੰਘ ਜੀ ਨੇ ਜੀ। ਬਾਪੂ ਠੀਕ ਹੋ? ਲੁਧਿਆਣੇ ਆਪਾਂ ਦੇਖ ਲਿਆ ਰਿਸ਼ਤਾ ਹੁਣ, ਹਾਂ ਲੁਧਿਆਣੇ ਦੇਖ ਲਿਆ, ਲੁਧਿਆਣੇ ਲਾਭ ਸਿੰਘ, ਹਾਂ ਮੈਂ ਪਛਾਣ ਲਿਆ ਲਾਭ ਸਿੰਘ, ਫਿਰ ਆਪਾਂ ਗੱਲਬਾਤ ਕਰ ਤੋਰ ਲਈ ਹੁਣ, ਤੇਰੀ ਮਰਜ਼ੀ ਆ। ਜੇ ਤੁਸੀਂ ਕਹੋਗੇ ਫਿਰ ਮੈਂ ਤੇ ਹਰਿੰਦਰ ਸਿੰਘ ਚ ਆਵਾਂਗੇ ਦੋਏ, ਫਿਰ ਤਾਂ ਆਪਾਂ ਨੂੰ ਉੱਥੇ ਰੱਖ ਲੈਣਗੇ। ਨਹੀਂ ਨਹੀਂ ਨਹੀਂ, ਜੇ ਤੁਸੀਂ ਕਹੋਗੇ ਫਿਰ ਆਪਾਂ ਗੱਲ ਤੋਰ ਲਾਂਗੇ। ਚੰਗਾ ਜੀ, ਠੀਕ ਹੈ ਜੀ। ਇਹ ਬਾਪੂ ਭਿੰਦਰ ਸਿੰਘ ਜੀ ਨੇ ਜੀ, ਇਹ ਕਿਸੇ ਟਾਈਮ ਖੇਤੀ ਕਰਦੇ? ਬਾਪੂ ਤੁਸੀਂ ਖੇਤੀ ਕਰਦੇ ਉਹਨਾਂ ਦੇ, ਕੀ ਲਾਉਂਦੇ ਉਹਨਾਂ ਦੇ ਖੇਤਾਂ 'ਚ? ਹਾਂ ਕਣਕ ਵੀ ਜੀ। ਕਿੰਨੇ ਕਿੱਲੇ ਜ਼ਮੀਨ ਸੀ ਆਪਣੇ ਕੋਲ? ਸਾਡੇ ਕੋਲ 16 ਕਿੱਲੇ। ਠੀਕ ਆ, ਹੁਣ ਤੁਹਾਡੇ ਭਰਾ ਹੈਗੇ ਜੀ? ਇੱਕ ਹੈਗਾ। ਠੀਕ ਆ ਠੀਕ ਆ, ਹੁਣ ਜ਼ਮੀਨ ਹੈਗੀ ਆਪਣੇ ਕੋਲ? ਹੁਣ ਤਾਂ 10 ਕਿੱਲੇ ਵਿੱਚ ਮੈਂ ਥਾਂ। ਠੀਕ ਆ ਜੀ, ਠੀਕ ਆ ਜੀ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਹੋਰ ਠੀਕ ਆ ਜੀ। ਹਣ ਤੇ ਬਾਪੂ ਤੁਹਾਨੂੰ ਪਤਾ ਸੀ ਤੁਹਾਨੂੰ ਕਿੱਥੋਂ ਲੈ ਕੇ ਆਏ ਤੇ? ਰੋਟੀ ਦੇ ਜਾਂਦੇ ਜੀ, ਚਾਹ ਦੇ ਜਾਂਦੇ ਜੀ। ਤੁਹਾਡੇ ਤੁਹਾਨੂੰ ਪਤਾ ਜੀ ਪੈਰ ਤੇ ਵੀ ਤੁਹਾਡੇ ਜ਼ਖਮ ਸੀ, ਕੀ ਹੋਇਆ ਸੀ ਪਹਿਲਾਂ? ਸੱਟ ਲੱਗੀ ਸੀ। ਤੁਹਾਡੇ ਤੁਹਾਨੂੰ ਪਤਾ ਵੀ ਜ਼ਖਮ ਦੇ ਵਿੱਚ ਕੀੜੇ ਪੈ ਗਏ ਸੀ? ਠੀਕ ਆ ਠੀਕ ਆ। ਇਹ ਸਾਡੇ ਕੋਲ ਸੰਸਥਾ ਦੇ ਦੂਜੇ ਮੈਂਬਰ ਨੇ, ਪਹਿਲਾਂ ਸੁੰਦਰ ਲਾਲ ਸੀਗਾ ਜੀ, ਉਹਦੀ ਲੱਤ 'ਚ ਕੀੜੇ ਪੈ ਗਏ ਸੀ। ਅਸੀਂ ਇੱਕ ਸਪੈਸ਼ਲ ਗੱਲ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਜੀ, ਅਸੀਂ ਪਹਿਲਾਂ ਮਰੀਜ਼ਾਂ ਦਾ ਇਕੱਲਿਆਂ ਦਾ ਇਲਾਜ ਕਰਵਾਉਂਦੇ ਸੀ, ਜਿਹੜੇ ਪਿੰਡਾਂ 'ਚੋਂ ਲੋੜਵੰਦ ਮਰੀਜ਼ ਚੱਕਦੇ ਸੀ ਉਹਨਾਂ ਦਾ ਇਲਾਜ ਕਰਵਾਈ ਜਾਂਦੇ ਸੀ, ਪਰ ਸਾਨੂੰ ਇੱਥੇ ਡੇਰਾ ਕਿਉਂ ਲਾਉਣਾ ਪੈ ਗਿਆ? ਸਾਨੂੰ ਇੱਕ ਸੁੰਦਰ ਲਾਲ ਨਾਮ ਦਾ ਇਨਸਾਨ ਮਿਲਿਆ ਸੀ, ਉਹਦੇ ਲੱਤ ਦੇ ਵਿੱਚ ਕੀੜੇ ਪੈ ਪਿਆ ਸੀ। ਉਸ ਟਾਈਮ ਅਸੀਂ ਪੰਜਾਬ ਦੀਆਂ ਬਹੁਤ ਹੀ ਫੇਮਸ ਸੰਸਥਾਵਾਂ ਨੂੰ ਕਾਲ ਕੀਤੀ, ਸਿਰਫ ਇੱਕ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਛੱਡ ਕੇ ਅਸੀਂ ਕਰੀਬ ਕਰੀਬ ਬਹੁਤ ਜਾਣਿਆਂ ਨੂੰ ਫੋਨ ਕੀਤਾ, ਕਿਸੇ ਦੀ ਕੋਈ ਮਜਬੂਰੀ ਹੋ ਗਈ, ਕਿਸੇ ਨੇ ਜਾਣ ਕੇ ਨਹੀਂ ਰੱਖਿਆ, ਕੋਈ ਕਹਿੰਦਾ ਜੀ ਇਹ ਉੱਚੀ ਉੱਚੀ ਰੌਲਾ ਪਾਉਂਦਾ, ਇਹ ਉੱਚੀ ਉੱਚੀ ਗਾਣੇ ਗਾਉਂਦਾ, ਇੱਕ ਸੰਸਥਾ ਦੇ ਵਿੱਚ ਛੱਡ ਕੇ ਵੀ ਅਸੀਂ ਆਏ ਸੀ, ਉੱਥੋਂ ਉਹਨਾਂ ਨੇ ਭਜਾਤਾ ਸੀਗਾ ਹੋਸਪਿਟਲ ਦੇ ਵਿੱਚੋਂ। ਉਸ ਤੋਂ ਬਾਅਦ ਅਸੀਂ ਉਸ ਬੰਦੇ ਨੂੰ ਫਿਰ ਪੰਜਾਬ ਦੇ ਵਿੱਚੋਂ ਲੱਭ ਕੇ ਲੈ ਕੇ ਆਏ, ਅਤੇ ਉਹਦੇ ਜਿਹੜੇ ਹਾਲਾਤ ਸੀ ਲੱਤ ਦੇ ਉਸ ਤੋਂ ਵੀ ਜ਼ਿਆਦਾ ਮਾੜੇ ਹੋ ਗਏ ਸੀ ਜੀ, ਹੋਰ ਜਗ੍ਹਾ ਦੇ ਵਿੱਚ ਵੱਧ ਗਏ ਸੀ ਕੀੜੇ, ਅਤੇ ਅਸੀਂ ਫਿਰ ਉਸ ਇਨਸਾਨ ਨੂੰ ਲਿਆਂਦਾ ਜੀ, 1 ਮਹੀਨਾ ਇੱਥੇ ਰੈਸਟੋਰੈਂਟ ਦੇ ਵਿੱਚ ਰੱਖਿਆ ਜੀ ਵੀਰ ਨੂੰ, ਉਹਦੀ ਸਰਜਰੀ ਕਰਵਾਈ ਜੀ। ਉਸ ਤੋਂ ਬਾਅਦ ਅਸੀਂ ਕੀ ਕੀਤਾ, ਸਾਡੇ ਕੋਲ ਕੋਈ ਵੀ ਜਗ੍ਹਾ ਨਹੀਂ ਸੀਗੀ,
ਇੱਥੇ ਖੇਤਾਂ ਦੇ ਵਿੱਚ ਮੋਟਰ ਦਾ ਕੋਠਾ ਸੀਗਾ ਜੀ, ਅਸੀਂ ਮੋਟਰ ਦੇ ਕੋਠੇ ਨੂੰ ਇਹ ਖਾਲੀ ਕਰ ਲਿਆ ਅਤੇ ਉੱਥੇ ਉਸ ਇਨਸਾਨ ਨੂੰ ਰੱਖਿਆ। ਅਤੇ ਫਿਰ ਬਾਪੂ ਭੁਪਿੰਦਰ ਸਿੰਘ ਜੀ ਸਾਨੂੰ ਮਿਲ ਗਏ, ਫੋਨ ਸਾਨੂੰ ਆਇਆ ਅਤੇ ਉਸ ਇਨਸਾਨ ਨੂੰ ਹੈ ਨਾ ਜੀ ਅਸੀਂ ਮੋਟਰ ਦੇ ਕੋਠੇ ਜਦੋਂ ਰੱਖਿਆ ਤਾਂ ਸਾਨੂੰ ਪਤਾ ਨਹੀਂ ਸੀ ਵੀ ਅਸੀਂ ਇੱਥੇ ਪੱਕਾ ਡੇਰਾ ਵੀ ਲਾ ਲਾਂਗੇ, ਸਾਨੂੰ ਪਤਾ ਹੀ ਨਹੀਂ ਸੀਗਾ ਵੀ ਆਹ ਕੁਝ ਹੋ ਜੂਗਾ ਇੱਥੇ। ਉਸ ਤੋਂ ਬਾਅਦ ਸਾਨੂੰ ਕਾਲ ਆਉਂਦੀ ਹੈ ਇੱਕ, ਤਾਂ ਉਹ ਦੱਸਿਆ ਵੀ ਬਾਪੂ ਪਏ ਨੇ, ਅਸੀਂ ਉਹਨਾਂ ਨੂੰ ਪਹਿਲਾਂ ਵੀ ਦੇਖਦੇ ਸੀ ਜੀ ਅੰਦਰ ਹੋਸਪਿਟਲ ਦੇ ਬਾਹਰ ਪਏ ਸੀ, ਵੀ ਉਹਨਾਂ ਦੇ ਪੈਰ 'ਚ ਕੀੜੇ ਪਏ ਮੇਰੇ ਪੰਜਾਬੀ ਭਰਾ ਨੇ, ਅਸੀਂ ਇਹਨਾਂ ਨੂੰ ਵੀ ਲੈ ਆਏ। ਸਾਨੂੰ ਉਦੋਂ ਤੱਕ ਵੀ ਨਹੀਂ ਪਤਾ ਸੀਗਾ ਵੀ ਇੱਥੇ ਸੰਸਥਾ ਦੀ ਨੀਂਹ ਰੱਖੀ ਜਾਊਗੀ, ਸਾਨੂੰ ਉਦੋਂ ਤੱਕ ਨਹੀਂ ਪਤਾ ਸੀਗਾ ਵੀ ਜਿਹੜਾ ਸਾਡਾ ਪਰਿਵਾਰਕ ਜੀਵਨ ਆ ਉਹਨੂੰ ਛੱਡ ਕੇ ਇੱਥੇ ਕਾਹ ਜੀਵਨ ਹੰਢਾਉਣਾ ਪੈਣਾ। ਫਿਰ ਸਾਨੂੰ ਕੀ ਹੋਇਆ, ਨਾਲ ਦੇ ਪਿੰਡ ਤੋਂ ਕਾਲ ਆਈ ਵੀ ਇੱਕ ਨੌਜਵਾਨ ਵੀਰ ਕੁਲਦੀਪ ਸਿੰਘ ਸੋਨੀ, ਇਹ ਇੱਕ ਉਹ ਕੀ ਸੀਗਾ ਜੀ, ਉਹ ਮਾੜੀ ਦੇ ਵਿੱਚ ਸੁੱਤਾ ਪਿਆ ਸੀ, ਤਾਂ ਅਸੀਂ ਇਹਨੂੰ ਵੀ ਲੈ ਆਇਆ ਜੀ। ਪਰ ਸਾਨੂੰ ਉਦੋਂ ਇਹ ਚੀਜ਼ ਲੱਗ ਰਹੀ ਸੀ ਵੀ ਕੁਛ ਨਾ ਕੁਛ ਪਰਮਾਤਮਾ ਇਹ ਚਾਹੁੰਦਾ ਸਾਡੇ ਤੋਂ ਕਰਵਾਉਣਾ। ਅਤੇ ਫਿਰ ਸਾਨੇ ਮੋਟਰ ਦਾ ਕੋਠਾ ਸਾਫ਼ ਕਰ ਲਿਆ, ਕੁਛ ਦਿਨ ਮੈਂ ਇਕੱਲੇ ਨੇ ਵੀ ਰਿਹਾ ਉਰੇ। ਅਤੇ ਉਸ ਤੋਂ ਬਾਅਦ ਕੀ ਹੋਇਆ, ਅਤੇ ਉਸ ਤੋਂ ਬਾਅਦ ਸਾਡੇ ਕੋਲ ਸੰਗਤ ਆਉਂਦੀ ਗਈ, ਹਰਿੰਦਰ ਸਿੰਘ ਤੁਹਾਨੂੰ ਬੁਲਾ ਰਹੇ ਨੇ ਵੀਰੇ। ਉਸ ਤੋਂ ਬਾਅਦ ਸਾਡੇ ਕੋਲ ਸੰਗਤ ਆਉਂਦੀ ਗਈ ਜੀ, ਸੰਗਤ ਸਾਨੂੰ ਕੋਈ ਰੇਤਾ ਕੋਈ ਬਜਰੀ ਕੋਈ ਸਮਿੰਟ ਦਵਾਉਂਦੇ ਗਏ, ਕੈਸ਼ ਅਸੀਂ ਲੈਂਦੇ ਨਹੀਂ ਸੀ ਸੰਗਤ ਤੋਂ, ਸਾਨੂੰ ਦਵਾਉਂਦੇ ਗਏ ਘਰ ਬਣਦੇ ਗਏ, ਹੋਰ ਲੋੜਵੰਦ ਇੱਦਾਂ ਦੇ ਇਨਸਾਨ ਵੱਧਦੇ ਗਏ ਵੱਧਦੇ ਗਏ ਵੱਧਦੇ ਗਏ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਇਹ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ, ਇਹ ਆਸ਼ਿਫ ਨਾਮ ਦਾ ਇਨਸਾਨ ਆ ਜੀ, ਇਹ ਆਸ਼ਿਫ ਇਕੱਲਾ ਆਪਣਾ ਨਾਮ ਦੱਸਦਾ ਹੋਰ ਕੁਛ ਨਹੀਂ ਦੱਸਦਾ। ਆਸ਼ਿਫ ਆਪਣਾ ਗਾਓਂ ਕੌਣ ਸਾ ਹੈ, ਮੰਮੀ ਪਾਪਾ ਕਹਾਂ ਹੈ, ਬਤਾ ਦੋ ਯਾਰ ਬਤਾ ਦੋ, ਮੇਰੀ ਬਾਤ ਸੁਣੋ, ਆਪਣੇ ਘਰ ਜਾਣਾ ਹੈ, ਆਪਣੇ ਜਾਣਾ ਹੈ ਪਹਿਲੇ ਬਤਾਓ, ਨਹੀਂ ਸਾਹਮਣੇ ਤੋਂ ਹੈ ਨਾ, ਆਪਕਾ ਘਰ ਕਹਾਂ ਹੈ, ਆਪਕੇ ਆਪਕੇ ਪਾਪਾ ਕਾ ਕਿਆ ਨਾਮ ਹੈ, ਪਾਪਾ ਕਾ ਨਹੀਂ ਆਗਤ ਹੈ, ਲਿਆਗਤ ਲਿਆਗਤ, ਮੰਮਾ ਕਾ ਕਿਆ ਨਾਮ ਹੈ, ਮੰਮਾ ਕਾ ਅਨਵਰੀ ਹੈ, ਅਨਵਰੀ ਅਨਵਰੀ, ਤੇ ਆਪਕੇ ਭਾਈ ਹੈ, ਹਾਂ ਭਾਈ, ਕਿਆ ਨਾਮ ਹੈ, ਜੀਨੂ ਵੀਨੂ ਇਸੂ 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 ਇਸੂ, ਓਕੇ ਮੇਰੀ ਬਾਤ, ਆਪ ਆਪ ਕਹਾਂ ਰਹਤੇ, ਕਹਾਂ ਸੇ ਕਹਾਂ ਸੇ ਆਏ ਹੋ ਯਾਰ, ਹਮਾਰੇ ਪਾਸ ਕਹਾਂ ਸੇ ਆਏ ਹੋ, ਆਪਕਾ ਗਾਓਂ ਕਹਾਂ ਹੈ, ਆਪਕੋ ਛੋੜ ਕਰ ਆਏਂਗੇ, ਸਭੀ ਇਨਸਾਨ ਆਪਕੋ ਦੇਖ ਰਹੇ ਹੈ, ਆਪਕੇ ਮੰਮੀ ਪਾਪਾ ਤੱਕ ਯੇ ਵੀਡੀਓ ਪਹੁੰਚਦੀ ਕਰੇਂਗੇ, ਬਤਾ ਦੋ ਕਹਾਂ ਹੈ ਗਾਓਂ ਆਪਕਾ, ਬਤਾ ਦੋ ਗਾਓਂ ਆਪਕਾ, ਆਸ਼ਿਫ ਬਤਾ ਦੋ ਯਾਰ, ਹਮ ਆਪਕੋ ਘਰ ਛੋੜ ਕਰ ਆਏਂਗੇ, ਘਰ ਛੋੜ ਕਰ ਆਏਂਗੇ, ਜੇ ਸਾਡੀ ਉਹ ਗੱਲ ਨੂੰ ਰਿਪੀਟ ਕਰ ਦਿੰਦਾ ਜੀ, ਬਾਕੀ ਗੁਰੂ ਸਾਹਿਬ ਕਿਰਪਾ ਕਰਨਗੇ, ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਜੀ ਤਾਂ ਬਹੁਤ ਕੁਛ ਹੋ ਸਕਦਾ। ਇਹ ਇੱਕ ਇੱਕ ਬੰਦਾ ਦੇ ਪਿੱਛੇ ਕੋਈ ਨਾ ਕੋਈ ਦੁੱਖ ਤਕਲੀਫਾਂ ਕੁਛ ਗੱਲਾਂ ਅਸੀਂ ਸ਼ੇਅਰ ਨਹੀਂ ਕਰ ਪਾਏ ਜਿਹੜੀਆਂ ਤੁਹਾਡੇ ਤੱਕ ਨਹੀਂ ਪਹੁੰਚਾਉਣ ਵਾਲੀਆਂ। ਇੱਥੇ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਆ, ਸਾਡਾ ਸਾਰਾ ਹੀ ਪਰਿਵਾਰ ਖੜ੍ਹਾ ਜੀ, ਮੇਰੇ ਵੱਡੇ ਭਰਾ ਖੜ੍ਹੇ ਨੇ ਜੀ, ਇੱਧਰ ਫੌਜੀ ਸਾਹਿਬ ਖੜ੍ਹੇ ਨੇ ਜੀ, ਸੋਨੀ ਵੀਰਾ, ਸਾਡਾ ਸਾਰਾ ਹੀ ਪਰਿਵਾਰ, ਮਾਤਾ ਮੇਰੇ, ਭੈਣਾਂ ਮੇਰੀਆਂ, ਮੇਰੀ ਬੇਟੀ, ਇਹ ਵੀ ਮੇਰੀ ਬੇਟੀ, ਅਸੀਂ ਕੀ ਚਾਹੁੰਦੇ ਸੀ ਤੁਹਾਡੇ ਤੱਕ ਮੈਸੇਜ ਦੇਣਾ ਵੀ ਜੇ ਉਹ ਸਾਡਾ ਪਰਿਵਾਰ ਆ ਤਾਂ ਇਹ ਵੀ ਸਾਡਾ ਪਰਿਵਾਰ ਆ, ਅਸੀਂ ਤੁਹਾਡੇ ਤੱਕ ਇਹੀ ਚਾਹੁੰਦੇ ਸੀ ਜੀ। ਅਸੀਂ ਆਪਣੇ ਘਰਾਂ ਦੇ ਵਿੱਚ ਦੀਵਾਲੀ ਨਹੀਂ ਮਨਾਈ, ਅਸੀਂ ਇੱਥੇ ਮਨਾਈ ਕਿਉਂਕਿ ਇਹ ਵੀ ਸਾਡਾ ਪਰਿਵਾਰ ਆ, ਇਹਨਾਂ ਦਾ ਕੋਈ ਨਹੀਂ ਹੈਗਾ ਤਾਂ ਇਹਨਾਂ ਦੇ ਤੁਸੀਂ ਹੋ ਸਾਰੇ, ਜੇ ਇਹਨਾਂ ਦਾ ਕੋਈ ਨਹੀਂ ਹੈਗਾ ਤਾਂ ਤੁਸੀਂ ਇਹਨਾਂ ਨਾਲ ਦੀਵਾਲੀ ਮਨਾਉਣੀ ਹੈ, ਕਿਉਂਕਿ ਇਹਨਾਂ ਨੂੰ ਜੇ ਠੀਕ ਕਰਨਾ ਘਰਾਂ ਦੇ ਵਿੱਚ ਵੀ, ਅਤੇ ਬਾਪੂ ਨਛੱਤਰ ਸਿੰਘ ਜੀ ਸਾਡੇ ਬਹੁਤ ਹੀ ਸਪੈਸ਼ਲ ਜੋ ਕਿ ਸਾਡੇ ਸਤਿਕਾਰਯੋਗ ਨੇ ਜੀ, ਇਹ ਵੀ ਆਪਣੇ ਪਿੰਡ ਦੇ ਬੱਸ ਸਟੈਂਡ ਦੇ ਵਿੱਚ ਜ਼ਿੰਦਗੀ ਕੱਟਦੇ ਸੀ, ਬਹੁਤ ਹੀ ਸਿਆਣੇ ਅਤੇ ਸਮਝਦਾਰ ਇਨਸਾਨ ਨੇ ਜੀ, ਬਹੁਤ ਹੀ ਸ਼ਾਂਤੀ ਨਾਲ ਸਾਡੇ ਕੋਲ ਜੀਵਨ ਕੱਟ ਰਹੇ ਨੇ ਆਪਣਾ, ਬੜੀ ਗੁਰੂ ਸਾਹਿਬ ਜੀ ਦੀ ਕਿਰਪਾ, ਇਹਨਾਂ ਦੇ ਜਿਹੜੇ ਗੋਡੇ ਨੇ ਉਹ ਖੜ੍ਹ ਚੁੱਕੇ ਨੇ। ਇਹਨਾਂ ਨੂੰ ਕੀ ਹੋਇਆ ਸੀ, ਦਿਮਾਗੀ ਅਸੀਂ ਪ੍ਰੋਬਲਮ ਆਈ ਸੀ ਜੀ, ਦਿਮਾਗ ਦੀ ਜਿਹੜੀ ਨਾੜਾਂ ਹੁੰਦੀਆਂ ਉਹ ਕਮਜ਼ੋਰ ਹੋ ਕੇ ਅਟੈਕ ਆ ਗਿਆ ਸੀ ਅਧਰੰਗ ਦਾ, ਅਤੇ ਅਸੀਂ ਫਿਰ ਡਾਕਟਰ ਦੇ ਕੋਲ ਐਡਮਿਟ ਰੱਖੇ ਉੱਥੇ 10 ਕੁ ਦਿਨ, ਉਸ ਤੋਂ ਬਾਅਦ ਠੀਕ ਰਹਿ ਗਏ, ਮੂੰਹ ਟੇਢਾ ਹੋਣੋਂ ਬਚ ਗਿਆ, ਅੰਗ ਪੈਰ ਖੜ੍ਹਨੋਂ ਬਚ ਗਿਆ, ਗੁਰੂ ਸਾਹਿਬ ਨੇ ਕਿਰਪਾ ਕਰਤੀ, ਅਸੀਂ ਨਾਲ ਦੀ ਨਾਲ ਇਹਨਾਂ ਨੂੰ ਡਾਕਟਰ ਦੇ ਲੈ ਗਏ ਸੀ ਜੀ, ਕਿਉਂਕਿ ਉਮਰ ਬਹੁਤ ਹੋ ਗਈ। ਇਹ ਵੀ ਕਿਸੇ ਟਾਈਮ ਟਰੱਕ ਡਰਾਈਵਰ ਸੀ, ਹੈ ਨਾ ਬਾਪੂ ਜੀ, ਤੁਸੀਂ ਟਰੱਕ ਕਿੱਥੇ ਕਿੱਥੇ ਚਲਾਇਆ ਜੀ, ਕਿੱਥੇ ਕਿੱਥੇ ਚਲਾਇਆ ਜੀ, ਤੁਸੀਂ ਇਕੱਲੇ ਹੀ ਜਾਂਦੇ ਸੀ ਕਿ ਨਾਲ ਬੰਦਾ ਲੈ ਕੇ ਕੀ ਜਾਂਦੇ ਉਹਦੇ ਵਿੱਚ ਲੱਦ ਕੇ, ਠੀਕ, ਇਹਨਾਂ ਦੀ ਨਾ ਆਵਾਜ਼ ਤਾਂ ਤੁਤਲਾ ਕੇ ਆਉਂਦੀ ਹੈ ਕਿਉਂਕਿ ਇਹਨਾਂ ਨੂੰ ਅਟੈਕ ਆ ਗਿਆ ਸੀ, ਪਹਿਲਾਂ ਸਹੀ ਬੋਲਦੇ ਸੀ ਪਰ ਇਹ ਆਪਣੇ ਪਿੰਡ ਦੀ ਸੱਥ ਦੇ ਵਿੱਚ ਪਏ ਸੀ ਜੀ, ਕਹਿੰਦਾ ਸੋਰੀ ਮਾਫ਼ ਕਰਨਾ ਜੀ, ਆਪਣੇ ਪਿੰਡ ਦੇ ਬੱਸ ਸਟੈਂਡ ਦੇ ਵਿੱਚ ਪਏ ਸੀ, ਕੁਛ ਵੀਰਾਂ ਨੇ ਵੀਡੀਓ ਵੀ ਦੇਖੀ ਆ। ਬਾਕੀ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਬਹੁਤ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ, ਗੁਰੂ ਸਾਹਿਬ ਤੁਹਾਡੇ 'ਤੇ ਮਿਹਰ ਬਰਕਤ ਰੱਖਣ, ਤੁਸੀਂ ਹਮੇਸ਼ਾ ਜ਼ਿੰਦਗੀ 'ਚ ਕਾਮਯਾਬ ਹੋਵੋ, ਤੁਹਾਨੂੰ ਇੱਦਾਂ ਦੇ ਹਾਲਾਤ ਨਾ ਦੇਖਣੇ ਪੈਣ। ਪਰ ਸਾਡੀ ਇੱਕ ਬੇਨਤੀ ਆ, ਸਾਡੀ ਤੁਹਾਡੇ ਅੱਗੇ ਅਸੀਂ ਇੱਕ ਅਪੀਲ ਕਰਦੇ ਹਾਂ
ਵੀ ਜਿੱਥੇ ਤੁਹਾਨੂੰ ਕੋਈ ਬਾੜਿਆਂ ਦੇ ਵਿੱਚ ਗੁਲਾਮ ਇਨਸਾਨ ਮਿਲਦਾ ਤਾਂ ਉਹਦੀ ਮਦਦ ਕਰਨ ਲਈ ਅੱਗੇ ਆਓ। ਜਿੱਥੇ ਤੁਹਾਨੂੰ ਕੋਈ ਕੀੜਿਆਂ ਤੋਂ ਖਾਧਾ ਜਾ ਰਿਹਾ ਇਨਸਾਨ ਮਿਲਦਾ ਉਹਦੀ ਮਦਦ ਕਰਨ ਲਈ ਅੱਗੇ ਆਓ, ਕਿਉਂਕਿ ਤੁਸੀਂ ਮਦਦ ਨਹੀਂ ਕਰੋਗੇ ਫਿਰ ਹੋਰ ਕੌਣ ਕਰੂਗਾ ਜੀ। ਬਾਕੀ ਸੰਸਥਾ ਬਣ ਰਹੀ ਆ, ਸੰਸਥਾ ਦੇ ਵਿੱਚ ਇਹ ਜਿਹੜੀ ਜ਼ਮੀਨ ਆ ਸੰਗਤ ਜੀ, ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੀ ਆਪਣੀ, ਬਾਬੇ ਨਾਨਕ ਨੇ ਸਾਨੂੰ ਦਿੱਤੀ, ਪਰਮਾਤਮਾ ਨੇ ਸਾਡੇ ਤੋਂ ਲੈ ਲਈ। ਜ਼ਮੀਨ ਦੀ ਕੋਈ ਪ੍ਰੋਬਲਮ ਨਹੀਂ, ਇੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਘਰ ਸੰਗਤ ਬਣਾ ਰਹੀ ਹੈ। ਕੋਈ ਰੇਤਾ ਦਵਾਉਂਦਾ, ਕੋਈ ਬਾਜਰੀ, ਕੋਈ ਸਮਿੰਟ, ਲੋੜ ਮੁਤਾਬਕ ਮਾਇਆ ਵੀ ਲੈਣੀ ਪੈ ਰਹੀ ਹੈ, ਕਿਉਂਕਿ ਹਰੇਕ ਬੰਦੇ ਦੀ ਦਵਾਈ ਆ, ਕਿਤੇ ਜਾਣਾ ਆਉਣਾ, ਰੋਟੀ ਪਾਣੀ ਸਾਰਾ ਕੁਛ ਸੰਗਤ ਹੀ ਕਰਦੀ ਆ। ਸਿਰਫ ਅਸੀਂ ਆਪਣੇ ਵੱਲੋਂ ਇੱਕ ਸੇਵਾ ਕਰਦੇ ਹਾਂ। ਸਿੰਘ ਨੇ ਉਹਦੇ ਦੋ ਵੀਰ ਅੱਜ ਆਪਣੇ ਘਰ ਚਲੇ ਗਏ ਦਿਵਾਲੀ ਕਰਕੇ, ਹਰਿੰਦਰ ਸਿੰਘ ਖੜਾ ਸੱਤੂ, ਹੋਰ ਦੋ ਸਿੰਘ ਆਪਣੇ ਪਰਿਵਾਰਾਂ ਦੇ ਵਿੱਚ ਨਾ ਦਿਵਾਲੀ ਮਨਾਉਣ ਲਈ ਗਏ ਨੇ, ਪੰਜ ਕੁ ਜਾਣੇ ਅਸੀਂ ਹੈਗੇ ਹਾਂ। ਸਾਨੂੰ ਤੁਹਾਡੇ ਤੱਕ ਤੁਹਾਡੇ ਸਾਥ ਦੀ ਕੀ ਲੋੜ ਆ? ਅਸੀਂ 99% ਸੰਗਤ ਤੋਂ ਮਾਇਆ ਨਹੀਂ ਲੈਤੀ ਅੱਜ ਤੱਕ, ਹੁਣ ਸਾਨੂੰ ਕੰਟਰੀ ਕਰਨੀ ਪੈਂਦੀ ਆ, ਕਿਉਂਕਿ ਸਾਡੀਆਂ ਲੋੜਾਂ ਹੋ ਗਈਆਂ। ਸਾਡੀ ਬੇਨਤੀ ਆ, ਸਾਨੂੰ ਕੈਸ਼ ਦੇਣ ਦੀ ਵਜ੍ਹਾ ਮਾਇਆ, ਸਾਡੇ ਤੱਕ ਤੁਸੀਂ ਚੀਜ਼ਾਂ ਪਹੁੰਚਦੀਆਂ ਕਰਕੇ ਜਾਇਆ ਕਰੋ, ਕਿਉਂਕਿ ਜੇ ਤੁਸੀਂ ਸਾਡੇ ਤੱਕ ਕੋਈ ਰੇਤਾ ਬਜਰੀ ਸਮਿੰਟ ਕੋਈ ਰਾਸ਼ਨ ਕੋਈ ਕੱਪੜਾ ਲੀੜਾ, ਹੁਣ ਸਰਦੀਆਂ ਆ ਗਈਆਂ, ਇੱਕ ਭੈਣ ਨੇ ਸਾਨੂੰ ਕੱਪੜੇ ਵੀ ਪਹੁੰਚਦੇ ਕਰਨੇ ਨੇ, ਤਾਂ ਅਸੀਂ ਇਸ ਘਰ ਨੂੰ ਵਧੀਆ ਤਰੀਕੇ ਨਾਲ ਚਲਾ ਪਾਵਾਂਗੇ, ਕਿਉਂਕਿ ਸਾਡੀਆਂ ਹਰੇਕ ਬੰਦੇ ਦੀਆਂ ਕੋਈ ਨਾ ਕੋਈ ਲੋੜਾਂ ਨੇ। ਆ ਜਾਓ ਵੀਰੇ, ਸਾਡੇ ਪਿੰਡ ਤੋਂ ਵੀਰ ਪਿੰਡ ਲਚਕਾਣੀ, ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ, ਪਟਿਆਲੇ ਤੋਂ ਭਾਸੋ ਰੋਡ 'ਤੇ ਅਸੀਂ ਇਸ ਆਸ਼ਰਮ ਬਣਾ ਰਹੇ ਹਾਂ। ਸਾਡੇ ਪਿੰਡ ਵੱਲੋਂ ਸਾਨੂੰ ਬਹੁਤ ਸਹਿਯੋਗ ਆ, ਨੌਜਵਾਨ ਹਰੇਕ ਪਰਿਵਾਰ ਦਾ ਇਨਸਾਨ ਸਾਡੇ ਤੱਕ ਪਿਆਰ ਕਰਨ ਵਾਲੇ ਆ। ਨਫ਼ਰਤ ਵਾਲਾ ਸਾਨੂੰ ਕਦੇ ਵੀ ਕੋਈ ਨਹੀਂ ਮਿਲਿਆ, ਕੋਈ ਹੋਵੇ ਸਾਨੂੰ ਪਤਾ ਨਹੀਂ, ਪਰ ਸਾਨੂੰ ਨਫ਼ਰਤ ਵਾਲਾ ਇਨਸਾਨ ਨਹੀਂ ਮਿਲਿਆ, ਕਿਉਂਕਿ ਇੱਦਾਂ ਦੇ ਕੰਮ 'ਚ ਕੋਈ ਨਫ਼ਰਤ ਕਰ ਨਹੀਂ ਸਕਦਾ ਸਾਨੂੰ। ਗੁਰੂ ਸਾਹਿਬ ਕਿਰਪਾ ਕਰਨ, ਸਾਡੀ ਇਹੀ ਅਪੀਲ ਆ, ਸਾਡੀਆਂ ਲੋੜਾਂ ਜ਼ਰੂਰ ਪੂਰੀਆਂ ਕੀਤੀਆਂ ਜਾਣ, ਕਿਉਂਕਿ ਇਹ 4 ਬਿਘੇ ਥਾਂ ਆ, ਤਾਂ ਕਿ ਆਪਾਂ ਇਹਨੂੰ ਵੱਡੇ ਪੱਧਰ 'ਤੇ ਬਣਾ ਕੇ ਇੱਥੇ 200 ਬੰਦੇ ਦਾ ਪ੍ਰਬੰਧ ਕਰ ਸਕੀਏ, ਇੱਥੇ ਆਉਣ ਵਾਲੇ ਸਮੇਂ 'ਚ ਸਕੂਲ ਬਣਾ ਸਕੀਏ, ਧਰਮ ਦੀ ਜਿਹੜੀ ਸਟੱਡੀ ਆ ਉਹ ਵੀ ਕਰਵਾ ਸਕੀਏ, ਆਪ ਵੀ ਪੜ੍ਹ ਸਕੀਏ, ਸਕੂਲ ਬਣਾ ਸਕੀਏ, ਹੋਸਪਿਟਲ ਬਣਾ ਸਕੀਏ, ਬਹੁਤ ਕੁਛ ਬਣਨ ਵਾਲਾ। ਤੁਸੀਂ ਸਾਰੇ ਸਾਥ ਦੇਵੋਗੇ, ਜਿੱਦਾਂ ਅਸੀਂ ਆਹ ਬਿਲਡਿੰਗ ਇੱਧਰ ਤਿਆਰ ਕਰਾਂਗੇ ਜੀ, ਹੁਣ ਤੁਸੀਂ ਸਾਰੇ ਸਾਥ ਦੇਵੋਗੇ ਤਾਂ ਹੀ ਇਹ ਸਾਰਾ ਘਰ ਬਣ ਸਕਦਾ। ਹੋਰ ਜਿਹੜੇ ਜਿਹੜੇ ਵੀਰਾਂ ਨੇ ਬੋਲਣਾ, ਖਾਲਸਾ ਜੀ ਆ ਜਾਓ, ਜੇ ਕੋਈ ਹੈਗਾ ਮੈਸੇਜ ਕੋਈ ਛੋਟਾ ਮੋਟਾ। ਜਿੰਨਾ ਹੋ ਸਕਦਾ ਇਹ ਗੁਰੂ ਨਾਨਕ ਦਾ ਘਰ ਹੈ, ਔਰ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਜਿਨ੍ਹਾਂ ਵੀਰਾਂ ਤੇ ਹੋਈਆਂ ਹੋਈਆਂ ਨੇ, ਤੇ ਉਹਦੇ ਵਿੱਚੋਂ ਦਸਵੰਧ ਜ਼ਰੂਰ ਕੱਢੋ, ਔਰ ਜਿੰਨਾ ਹੋ ਸਕਦਾ ਥੋੜੇ ਜੋ ਥੋੜਾ ਬਹੁਤੇ ਚੋ ਬਹੁਤਾ ਇਸ ਸੰਸਥਾ ਨੂੰ ਕੋਈ ਨਾ ਕੋਈ ਚੀਜ਼ ਜਿਹੜੀ ਸਮਾਨ ਦੇ ਰੂਪ ਵਿੱਚ ਉਹ ਦਿੱਤੀ ਜਾਵੇ, ਤੇ ਇਸ ਸੰਸਥਾ ਦੇ ਵਿੱਚ ਇੱਕ ਵਾਰ ਵਿਜ਼ਿਟ ਕਰਿਆ ਜਾਵੇ, ਆ ਕੇ ਦੇਖ ਕੇ ਜਿਹੜੀ ਚੀਜ਼ ਦੀ ਲੋੜ ਹੈ ਉਹ ਪ੍ਰੋਵਾਈਡ ਕੀਤੀ ਜਾਵੇ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਮਲਕੀਤ ਸਿੰਘ, ਪਹਿਲਾਂ ਬੱਚਿਆਂ ਨੂੰ ਜ਼ਰੂਰ ਦਿਖਾ ਦਿਓ ਜੀ ਇੱਕ ਵਾਰੀ ਕੈਮਰੇ ਤੇ। ਇਹ ਸਹਿਬਾਜ ਕੌਰ ਆ ਜੀ, ਬੇਟਾ ਫਤਿਹ ਬੁਲਾ ਦਿਓ, ਸਾਰੀ ਸੰਗਤ ਨੂੰ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਇੱਧਰ ਹੋ ਬੇਟਾ, ਸਰ ਇੱਧਰ ਸਰ ਉੱਧਰ ਨੂੰ ਦੇਖੋ ਬੇਟਾ, ਫਤਿਹ ਬੁਲਾਓ ਸਾਰੀ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ, ਬਹੁਤ ਵਧੀਆ ਕੀਤਾ। ਤੇ ਬਾਕੀ ਸਾਡੇ ਮਲਕੀਤ ਸਿੰਘ ਨੇ ਜੀ, ਉਹ ਤੁਹਾਨੂੰ ਕੁਛ ਸੁਣਾਉਣਾ ਚਾਹੁੰਦੇ ਨੇ ਜੀ ਸੰਸਥਾ ਲਈ, ਤੇ ਤੁਹਾਨੂੰ ਅਸੀਂ ਕੁਛ ਕੁ ਲੋੜਾਂ ਨੇ ਅੰਦਰੋਂ ਵੀ ਤੁਹਾਨੂੰ ਅਸੀਂ ਜ਼ਰੂਰ ਘਰ ਦਿਖਾਉਣਾ, ਸਾਡੀਆਂ ਕੁਛ ਕੁ ਲੋੜਾਂ ਨੇ ਉਹ ਤੁਸੀਂ ਸਾਡੀਆਂ ਜ਼ਰੂਰ ਧਿਆਨ ਦਿਓ। ਅਸੀਂ ਚਾਹੁੰਦੇ ਹਾਂ ਜਿਹੜੇ ਪਟਿਆਲੇ ਦੇ ਨੇੜੇ ਤੇੜੇ ਦੇ ਏਰੀਏ ਦੇ ਨੌਜਵਾਨ ਨੇ ਜਾਂ ਸੇਵਾ ਵਾਲੇ ਵੀਰ ਨੇ, ਬਾਪੂ ਜੀ ਬਹਿ ਜਾਓ ਦੋ ਮਿੰਟ, ਤੇ ਉਹ ਸਾਡੇ ਤੱਕ ਜ਼ਰੂਰ ਪਹੁੰਚ ਕਰਨ, ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਸੰਗਤ ਤੋਂ ਮਾਇਆ ਲੈਣ ਦੀ ਵਜ੍ਹਾ ਮਾਇਆ ਨਾ ਲੈਤੀ ਜਾਵੇ, ਚੀਜ਼ਾਂ ਲੈਤੀਆਂ ਜਾਣ, ਕਿਉਂਕਿ ਅਸੀਂ ਚਾਹੁੰਦੇ ਹਾਂ ਕਲਯੁੱਗ ਦਾ ਜ਼ਮਾਨਾ ਵੀ ਇਹ ਛੱਤ ਥੱਲੇ ਜਾਂ ਤਾਂ ਮਾਇਆ ਹੀ ਰਹੂਗੀ ਜਾਂ ਫਿਰ ਸੇਵਾਦਾਰੀ ਰਹਿਣਗੇ, ਦੋਨੇ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਜੇ ਮਾਇਆ ਲਵਾਂਗੇ ਤਾਂ ਮਾਇਆ ਨੇ ਸਾਨੂੰ ਉਲਝਾ ਦੇਣਾ, ਮਾਇਆ ਦੇ ਚੱਕਰ 'ਚ ਅਸੀਂ ਇਸ ਘਰ ਨੂੰ ਅੱਗੇ ਨਹੀਂ ਬਣਾ ਪਾਵਾਂਗੇ। ਤੁਸੀਂ ਇਸ ਵੀਰ ਦਾ ਵੀ ਮੈਸੇਜ ਸੁਣਿਓ, ਤੇ ਅੱਗੇ ਅਸੀਂ ਤੁਹਾਨੂੰ ਸਾਰੀ ਗੱਲ ਸਾਡੇ ਵੱਲੋਂ ਫਿਰ ਤੁਹਾਨੂੰ ਐਡਵਾਂਸ ਦੇ ਵਿੱਚ ਕਹਿ ਸਕਦੇ ਹੋ, ਸਾਡੀ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਤੁਹਾਡੇ ਤੱਕ ਇਹ ਕਹਿੰਦੇ, ਤੁਹਾਡੇ ਹਰੇਕ ਤਿਉਹਾਰ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਲੈ ਕੇ ਆਵੇ, ਸਾਡੇ ਵੱਲੋਂ ਬਹੁਤ ਬਹੁਤ ਪਿਆਰ ਤੇ ਸਤਿਕਾਰ ਦਵਾਵਾਂ ਨੇ, ਪਰਮਾਤਮਾ ਤੁਹਾਡੀ ਮਿਹਰ ਭਰਿਆ ਹੱਥ ਰੱਖੇ, ਤੇ ਕਿਸਾਨ ਵੀਰਾਂ ਲਈ ਅਸੀਂ ਜ਼ਰੂਰ ਫਿਰ ਤੋਂ ਕਹਿੰਦੇ ਹਾਂ, ਅਸੀਂ ਕਿਸਾਨ ਮਾਰੂ ਬਿੱਲ ਦਾ ਵਾਕਈ ਅਸੀਂ ਵਿਰੋਧ ਕਰਦੇ ਹਾਂ, ਅਸੀਂ ਸ਼ੰਭੂ ਵੀ ਰੈਲੀਆਂ 'ਚ ਜਾਂਦੇ ਹਾਂ, ਹਰੇਕ ਜਗ੍ਹਾ 'ਤੇ ਜਾਂਦੇ ਹਾਂ, ਕਿਉਂਕਿ ਉਹ ਬਿੱਲ ਜ਼ਰੂਰ ਵਾਪਸ ਆਉਣੇ ਚਾਹੀਦੇ ਨੇ, ਜੇ ਉਹ ਵਾਪਸ ਆਉਣਗੇ ਤਾਂ ਸਾਡੇ ਤੱਕ ਅੰਨ ਪਹੁੰਚੂਗਾ ਜੀ। ਲਓ ਜੀ, ਮਲਕੀਤ ਸਿੰਘ ਜੀ, ਪਿੰਡ ਠੱਕਰਪੁਰ, ਜ਼ਿਲ੍ਹਾ ਧੰਨਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਗ ਦੁਸ਼ੀਆਂ ਬਾਤ ਸ਼ਾਹੀਆਂ ਜੀ ਸਤਿਗੁਰ ਨਦਰ ਕਰੇ,
दिवाली का त्योहार साडे सारे लिए खुशियां भरिया त्योहार। आश्रम अपना वर सेवा सोसाइटी रजिस्टर पिंड लचकानी जिला पटियाला मुख सेवादार सरदार सतपाल सिंह साना और सरदार दीदार सिंह अपने कर कमलों के नाल सेवा कर रहे हैं। संगतां का सहयोग बहुत मिल रहा है। संगतां के सहयोग तो बिना यह सेवा अधूरी है। ये आश्रम समय के हालातों को देखते हुए श्री गुरु नानक देव जी ने आप बाबा जी सरदार सतपाल जी ने आश्रम तैयार करने वास्ते बहुत मजबूर होना पड़ा, क्योंकि बाबा जी ने पहला ये सेवा आश्रम तो बगैर शुरू की सी। मेरे तो पहला मैनू बाबा जी ने दसिया कि एक मेरा वीर सुंदर लाल जो कि नकोदर का रहन वाला उसके पैर विच कीड़े पाए हुए सी, ते बहुत वारी आश्रम वाले नाल राबता कायम किया कि सुंदर लाल नू आश्रम दे विच रख लवो, साडे कोल जगह की कमी है। पर किसी भी आश्रम वाले ने हां नहीं भरी। फिर यह आश्रम अपना फर्ज सेवा सोसाइटी रजिस्टर सन 2017 दे विच बनना शुरू होया, ते अज सन 2020 जो कि 4 साल लगे हैं बन के तैयार हो चुका है। अज दिवाली के त्योहार वाले दिन इस आश्रम के 4 चन्न लग चुके हैं। के बाकी मेरे वीर मेरे अज के सारे पटियाले जिले के वसनीक अते भैन भाई ते छोटे बच्चों नूं मैं अपने वालों बाकी सारे मेरे बजुर्ग तो मेरे साथी जो के समय के हालात अनुसार अपनी जिंदगी के हम सफर का आनंद माण रहे हैं, मैं उन्होंने इस सफर वास्ते परमात्मा अगे दुआ करता हाँ कि यह मेरे बुजुर्ग अते साथी सोहनी जिंदगी बतीत करन। बाकी मेरे वालों सारिआं नूं दिवाली दे त्योहार दीआं लख लख मुबारक। दुनिया के पहले गुरु श्री गुरु नानक देव जी सन। मैं दसा गुरुआ का नाम नहीं लेना चाहता, अज सारी दुनिया नू दसा गुरुआ के नाम बच्चे बच्चे नू आउंदे ने। मैं एक लेख लिखिया पहली पातशाही श्री गुरु नानक देव जी सिखा दे पहले गुरु होए। श्री गुरु नानक देव जी माता त्रिपता देवी ते पिता सरदार मेहता कालू दे सपुत्र सन। श्री गुरु नानक देव जी ने 4 उदासियां हड़ाईया सन। श्री गुरु नानक देव जी मुख चो उच्चारण करदे के चौ धर्मां को सांझा उपदेश, हिंदू मुस्लिम सिख ईसाई सारे हैगे भाई भाई। श्री गुरु नानक देव जी ने सानू किरत करो नाम जपो ते वंड के शबो का उपदेश सुनाया, ते सानू सारिआं नूं श्री गुरु नानक देव जी दे उपदेश का सत्कार करना चाहिदा है। ते श्री गुरु नानक देव जी जिस भी धरती ते गए उत्थे ही रब दे भाणे विच रह के कौतक करके विखाए। जिन्हां भी गुरु जी दे कौतक वेख लैंदा सी उह गुरु जी दे चरण छोह के खुशी प्राप्त करदा सी। श्री गुरु नानक देव जी ने श्री ननकाना साहिब जिथे अज पाकिस्तान ने बहुत चिर पहला श्री गुरुद्वारा साहब की इमारत बहुत सुंदर बनवा के संगतां दे हवाले दे दित्ती सी, उस जगह ते श्री गुरु नानक देव जी ने हल चला के दुनिया नूं उपदेश दिता सी के किरत करो नाम जपो ते वन के छको। कुछ चिर पहला साडा अपना पंजाब जिसकी कोई सरहद नहीं हुंदी सी, साडा अपना पंजाब हिमाचल हरियाणा ते दिल्ली कुछ समय दीआं सरकारां ने पंजाब दे नाल बहुत माड़ा सलूक करके साडा ओ हक भी खो लिया जिस हक दे लई साडे पंजाबियां ने मूहरे लग के लड़ाइयां लड़ियां सन। के साडे पंजाब दी राजधानी चंडीगढ़ सी जो के साडे सियासतदान हक सानू नहीं मिल दिता, टाइम टाइम से मोर्चे लगवा के सारे पंजाब के सोहने नौजवान ते गभरुआं नू भड़का के मौत के रस्ते ते चलन वास्ते मजबूर होना पिया। अतवाद पैदा करने वाले साडे सियासतदान अतवाद पैदा करके आप चूहे वांगू जाके लुक गए
ਤੇ ਪੰਜਾਬ ਦੇ ਦੋਵੇਂ ਪਾਸੇ ਨੌਜਵਾਨ ਜਿਹੜੇ ਅੱਤਵਾਦੀ ਉਹ ਵੀ ਮਾਵਾਂ ਦੇ ਪੁੱਤ ਹੱਕਾਂ ਦੀ ਖਾਤਰ ਤੇ ਹਾਰ ਚੁੱਕ ਕੇ ਖਾਲਸਤਾਨ ਦੀ ਮੰਗ ਕਰਦੇ ਸਨ ਤੇ ਦੂਜੇ ਪਾਸੇ ਸਾਡੀ ਪੰਜਾਬ ਪੁਲਿਸ ਉਹ ਵੀ ਪੰਜਾਬ ਦੇ ਵਾਸੀ ਮਾਵਾਂ ਦੇ ਪੁੱਤ ਸਰਕਾਰ ਦਾ ਹੁਕਮ ਨਹੀਂ ਟਾਲ ਸਕਦੇ ਸੀ ਇਸ ਕਰਕੇ ਜਿੰਨਾ ਵੀ ਨੁਕਸਾਨ ਹੋਇਆ ਸਾਡੇ ਪੰਜਾਬ ਦਾ ਹੋਇਆ ਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਸਮੇਂ ਦੇ ਅਨੁਸਾਰ ਸਾਡੇ ਪੰਜਾਬੀਆਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਤੇ ਪਹਿਰਾ ਦੇ ਕੇ ਪੰਜਾਬ ਦੀ ਵਾਗ ਡੋਰ ਉਸ ਨੂੰ ਸੌਂਪੀ ਸੀ ਤੇ ਉਹ ਸਿੱਖ ਕੌਮ ਦਾ ਸਭ ਤੋਂ ਵੱਡਾ ਗਦਾਰ ਨਿਕਲਿਆ ਪੰਜਾਬੀਆਂ ਨੇ ਸੋਚਿਆ ਸੀ ਕਿ ਹੁਣ ਸਾਡੇ ਚੰਗੇ ਦਿਨ ਆ ਗਏ ਹਨ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸੋਚ ਨਾਲ ਜੋ ਪੰਜਾਬੀਆਂ ਦਾ ਨੁਕਸਾਨ ਕੀਤਾ ਸ਼ਾਇਦ ਇਹੋ ਜਿਹਾ ਨੁਕਸਾਨ ਹੋਰ ਕਿਸੇ ਸ਼ਖਸ ਨੇ ਸੋਚਿਆ ਵੀ ਨਹੀਂ ਹੋਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਕੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਇਹ ਵੀ ਨਹੀਂ ਸੋਚਿਆ ਕਿ ਇਹ ਗੁਰੂ ਘਰ ਕਿਸੇ ਨੂੰ ਬਖਸ਼ੂ ਨਹੀਂਗਾ ਕਿਉਂਕਿ ਗੁਰੂ ਘਰ ਦੀਆਂ ਗੋਲਕਾਂ ਸ਼ਰੇਆਮ ਪ੍ਰਕਾਸ਼ ਸਿੰਘ ਬਾਦਲ ਨੇ ਖਾਧੀਆਂ ਹਨ ਕਿਸੇ ਨੂੰ ਕੀ ਰੋਕਣਾ ਉਹਨੇ ਆਪ ਗੁਰੂ ਘਰ ਦਾ ਸਭ ਤੋਂ ਵੱਡਾ ਚੋਰ ਨਿਕਲਿਆ ਤੇ ਕੁਰਸੀ ਦੀ ਖਾਤਰ ਅਡਵਾਨੀ ਵਰਗੇ ਕੱਟੜ ਸਿੱਖ ਵਿਰੋਧੀ ਨਾਲ ਹੱਥ ਮਿਲਾ ਕੇ ਜੋ ਪੰਜਾਬ ਦਾ ਨੁਕਸਾਨ ਬਾਦਲ ਜੋੜੀ ਸੁਖਬੀਰ ਬਾਦਲ ਤੇ ਉਸ ਦੀ ਧਰਮ ਪਤਨੀ ਬੀਬੀ ਹਰਸਿਮਰਤ ਨੇ ਵੀ ਕੁਰਸੀ ਦੀ ਖਾਤਰ ਮੋਦੀ ਦੇ ਤਲਵੇ ਵੀ ਚੱਟਣ ਲਈ ਮਜਬੂਰ ਹੋ ਕੇ ਕੁਰਸੀ ਨਹੀਂ ਛੱਡੀ ਤੇ ਸੰਭੂ ਬੈਰੀਅਰ ਤੇ ਆ ਕੇ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨੂੰ ਮਾੜਾ ਚੰਗਾ ਬੋਲ ਕੇ ਆਪ ਦੀ ਸ਼ਾਨ ਬਚਾਉਂਦੇ ਹੋਏ ਪਰ ਪੰਜਾਬੀ ਸਾਰੇ ਮੇਰੇ ਵੀਰ ਸਮਝ ਚੁੱਕੇ ਹਨ ਇਹ ਸਿਆਸਤ ਦੀ ਖਾਤਰ ਆਪਣੇ ਬਾਪ ਦੇ ਵੀ ਸਕੇ ਨਹੀਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਫਰਜ਼ ਸੇਵਾ ਸੁਸਾਇਟੀ ਥੀਏਟਰ ਪਿੰਡ ਚਲਚਕਾਣੀ ਜ਼ਿਲ੍ਹਾ ਪਟਿਆਲਾ ਅੱਜ ਮੇਰੇ ਵੀਰ ਦੇ ਅੱਜ ਮੇਰੇ ਵੀਰੋ ਨੌਜਵਾਨੋ ਪੰਜਾਬੀਓ ਤੁਸੀਂ ਫੋਨ ਲਈ ਫਿਰਦੇ ਜੇ ਤੇ ਫੋਨ ਦੀ ਡਾਇਰੀ ਵਿੱਚ ਨੰਬਰ ਨੋਟ ਕਰਦੇ ਜੇ ਤੇ ਮੇਰੇ ਦਿਮਾਗ ਦੀ ਇੰਨੀ ਡਾਇਰੀ ਮੇਰੇ ਬਾਬੇ ਨਾਨਕ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੈਨੂੰ ਇਕੱਲੇ ਇਕੱਲੇ ਬੱਚੇ ਦਾ ਨਾਮ ਮੈਨੂੰ ਪਤਾ ਨਹੀਂ ਲੱਗਦਾ ਕਿ 5 ਮਹੀਨੇ ਜਾਂ 6 ਮਹੀਨੇ ਇੱਥੇ ਮੈਨੂੰ ਹੋ ਚੁੱਕੇ ਹਨ ਪਰ ਮੈਂ ਇਕੱਲੇ ਇਕੱਲੇ ਦਾ ਨਾਮ ਆਪਦੀ ਦਿਲ ਦੀ ਡਾਇਰੀ ਤੇ ਲਿਖ ਚੁੱਕਾ ਹਾਂ ਸਭ ਤੋਂ ਪਹਿਲਾਂ ਮੈਂ ਸਰਦਾਰ ਨਛੱਤਰ ਸਿੰਘ ਗਿੱਲ ਜੋ ਸਭ ਤੋਂ ਵੱਡੀ ਉਮਰ ਦੇ ਆਪਣਾ ਫਰਜ਼ ਸੇਵਾ ਸੁਸਾਇਟੀ ਵਿੱਚ ਸਾਡੇ ਕਹਿ ਲੈਂਦੇ ਮੈਂਬਰ ਹੀ ਆ ਸਰਦਾਰ ਜੀਤ ਸਿੰਘ ਤੇ ਸਰਦਾਰ ਭਿੰਦਰ ਸਿੰਘ ਅੱਗੇ ਸਰਦਾਰ ਬਲਵੀਰ ਸਿੰਘ ਤੇ ਕੌਰ ਸਿੰਘ ਰਾਜੂ ਕੁਲਦੀਪ ਸੋਨੀ ਦਾ ਡੈਡੀ ਜੀਤ ਸਿੰਘ ਆਸਿਫ ਗਰਮੀਤ ਮਦਨ ਤੇ ਡਿੰਪਲ ਕੁਮਾਰ ਰੋਜੀ ਅਲੀ ਬਾਕੀ ਮੈਂ ਵੀਰ ਬੋਲਣਾ ਤੇ ਬਹੁਤ ਕੁਛ ਚਾਹੁੰਦਾ ਹਾਂ ਪਰ ਸਮੇਂ ਦੀ ਇਜਾਜ਼ਤ ਨਹੀਂ ਗੀ ਮੇਰੇ ਵੀਰ ਮੁੱਖ ਸੇਵਾਦਾਰ ਸਰਦਾਰ ਸਤਪਾਲ ਸਿੰਘ ਮੇਰੇ ਵੀਰ ਬਹੁਤ ਹੀ ਪਿਆਰੇ ਸਰਦਾਰ ਹਰਿੰਦਰ ਸਿੰਘ ਜੀ ਤੇ ਮੁੱਖ ਸੇਵਾਦਾਰ ਹਰਵਿੰਦਰ ਸਿੰਘ ਜੋ ਦਵਾਈ ਤੇ ਆਪਦੇ ਘਰੇ ਚਲੇ ਗਏ ਲੱਕੀ ਲਾਡੀ ਵੀਰ ਮੇਰਾ ਤੇ ਸਭ ਤੋਂ ਪਿਆਰਾ ਮੇਰਾ ਵੀਰ ਜੋ ਮੇਰੇ ਸਾਹਮਣੇ ਮੇਰੀ ਵੀਡੀਓ ਬਣਾ ਰਿਹਾ ਬਿੱਲੇ ਭਾਜੀ ਅੱਜ ਮੈਂ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਚੜ੍ਹਦੀ ਕਲਾ ਬਾਕੀ ਬਾਬੇ ਨਾਨਕ ਮੈਂ ਦੀਵਾਲੀ ਬਾਰੇ ਵੀ ਬੋਲਣਾ ਚਾਹੁੰਦਾ ਇਹ ਤਿਉਹਾਰ ਹਿੰਦੂਆਂ ਦਾ ਤਿਉਹਾਰ ਹੈ ਸਿੱਖਾਂ ਦਾ ਤਿਉਹਾਰ ਕਿਉਂ ਬਣਿਆ ਮੈਂ ਦੱਸਣਾ ਚਾਹੁੰਦਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲੇ ਦੇ ਵਿੱਚ ਇੱਕ ਕੌਤਕ ਕਰਕੇ ਵਿਖਾਇਆ ਸੀ ਉਹ ਬੱਚੇ ਬੱਚੇ ਨੂੰ ਪਤਾ ਕਿਉਂਕਿ ਪੰਜਾਬੀ ਸਾਡੇ ਗੁਰੂ ਗੋਬਿੰਦ ਸਿੰਘ ਸਾਨੂੰ ਸਿੰਘ ਬਣਾ ਕੇ ਗਏ ਉਹ ਵੀ ਸਾਨੂੰ ਦੱਸ ਕੇ ਗਏ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਆਪਾਂ ਮੱਥਾ ਨਹੀਂ ਕਿਸੇ ਨੂੰ ਟੇਕਣਾ ਮਰੀਆਂ ਮਸਾਦਾਂ ਮਸੀਤਾਂ ਨੂੰ ਨਹੀਂ ਪੂਜਣਾ ਜਿਹੜੀਆਂ ਪਿੰਡ ਵਿੱਚ ਬੀਬੀਆਂ ਆਪਣੇ ਆ ਜਗ੍ਹਾ ਬਣਾਈ ਫਿਰਦੀਆਂ ਬੱਕਰਾਂ ਦੀਆਂ ਤੇਲ ਪਾਉਣ ਜਾਂਦੀਆਂ ਵੀਰਵਾਰ ਉਹ ਵੀ ਆਪਾਂ ਰੋਕਣੀਆਂ ਕਿਉਂਕਿ
कुछ चेर पहला वीर जी अपनी श्रोमणी कमेटी जागी सी पिंड पिंड जाके जिथे गुरु ग्रंथ साहब भी उन्हां ने सरूप रख ले सी वो चुक के बाबे अंदर कीते सी ते बाबा गुरमीत राम रहीम साडे गुरु गोबिंद सिंह दी नकल करदा सी वो भी अज भीख मांग रहा जेल हरियाणे दे विच बंदा ते टड़रियां वालिया तेनू छड़ना नहीं जिहड़े मस्से लंघण ने सरदार श्री हरिमंदर साहब ते ਉਹ ਕੌਤਕ ਵਿਖਾਇਆ ਸੀ ਉਹਦਾ ਮੱਸੇ ਰਗੜ ਦਾ ਵੀ ਦੋ ਸਿਰ ਵੱਢ ਕੇ ਲੈ ਗਏ ਸੀ ਤੇ ਇੱਕ ਮੈਂ ਗੱਲ ਕਰਾਂ ਮੈਂ ਇਕਬਾਲ ਸਿੰਘ ਨੂੰ ਇਹ ਸੋਚ ਇਕਬਾਲ ਸਿੰਘ ਨੂੰ ਸੁਣਾਉਣਾ ਚਾਹੁੰਦਾ ਕਿ ਤੂੰ ਇਹ ਕੈਸ਼ ਕੱਢੀ ਆ ਇਹ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਹੁੰਦਾ ਤੇ ਮੋਦੀ ਤੇਰੇ ਗੱਲ ਦੇ ਵਿੱਚ ਹੱਥ ਪਾ ਲੈਂਦਾ ਉਹ ਇਕਬਾਲ ਸਿੰਘ ਕਿਉਂ ਸਾਡੇ ਨੌਜਵਾਨਾਂ ਨੂੰ ਭੜਕਾਉਣਾ ਹੈ ਇਹ ਕੈਸ਼ ਤੇ ਤੂੰ ਕੱਢ ਦਿੱਤੀ ਪੈਸੇ ਦੀ ਖਾਤਰ ਕਿ ਤੂੰ ਕਿਉਂ ਨੀ ਹੱਥ ਲਾ ਕੇ ਪਾਉਂਦਾ मुबारक जी ਵੈਸੇ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਵਾਤਾਵਰਨ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਸੀ ਪਰ ਇਹਨਾਂ ਵੀਰਾਂ ਨੂੰ ਖੁਸ਼ ਕਰਨ ਲਈ ਸਾਨੂੰ ਇੰਨਾ ਕੁ ਜ਼ਰੂਰ ਕਰਨਾ ਪਿਆ ਅਸੀਂ ਵਾਤਾਵਰਨ ਨੂੰ ਖਰਾਬ ਦੂਸ਼ਿਤ ਨਹੀਂ ਕਰਨਾ ਚਾਹੁੰਦੇ ਸੀ ਅਸੀਂ ਤੁਹਾਨੂੰ ਇੱਕ ਬਹੁਤ ਜ਼ਰੂਰੀ ਗੱਲ ਦੱਸਣਾ ਚਾਹੁੰਦੇ ਹਾਂ ਜੀ ਇਹ ਘਰ ਸਾਰਾ ਸੰਗਤ ਨੇ ਬਣਾਇਆ ਜੀ ਕੌਰ ਸਿੰਘ ਬੈਠਾ ਇਹ ਸੰਗਤ ਨੇ ਬਣਾਇਆ ਜੀ ਅਤੇ ਸੰਗਤ ਨੂੰ ਬੜੀ ਖੁਸ਼ੀ ਹੋਊ ਜਾਣ ਕੇ ਵੀ ਇਹ ਬਾਕੀ ਸੰਗਤ ਨੂੰ ਬੜੀ ਖੁਸ਼ੀ ਹੋਊ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਸੰਗਤ ਬੈਠੀ ਹੈ ਜੀ ਇਹ ਘਰ ਬਹੁਤ ਸੋਹਣਾ ਬਣ ਗਿਆ ਪਿਛਲੀ ਵਾਰੀ ਸਾਡੇ ਕੋਲ ਇਕੱਲਾ ਇੱਕੋ ਕੋਠਾ ਸੀਗਾ ਜੀ ਇੱਕ ਵਾਰੀ ਰਿਕੁਆਇਰਮੈਂਟ ਜ਼ਰੂਰ ਸਾਨੂੰ ਰਾਸ਼ਨ ਦੀ ਬਹੁਤ ਸਖ਼ਤ ਲੋੜ ਹੁੰਦੀ ਹੈ ਜੀ ਸਾਨੂੰ ਦਵਾਈਆਂ ਦੀ ਪੱਟੀਆਂ ਦੀ ਬੀਟਾਡੀਨ ਦੀ ਸੰਸਥਾ 'ਚ ਲੱਗੇ ਮਿਸਤਰੀਆਂ ਨੂੰ ਮਾਇਆ ਦੇਣੀ ਜਾਂ ਜਿਹੜੇ ਦਿਹਾੜੀਏ ਲੱਗੇ ਹੋਏ ਨੇ ਉਹਨਾਂ ਨੂੰ ਦਸਵੰਧ ਦੀ ਸੇਵਾ ਸੰਗਤ ਜ਼ਰੂਰ ਕਰੇ ਤਾਂ ਕਿ ਇਹ ਘਰ ਹੋਰ ਅੱਗੇ ਵਧੀਆ ਬਣ ਸਕੇ 800 ਫੁੱਟ ਸਾਨੂੰ ਲੋਕ ਟਾਇਲ ਦੀ ਲੋੜ ਹੈ ਜੀ ਸੰਸਥਾ ਦੇ ਪਾਰਕ ਲਈ ਬੂਟਿਆਂ ਦੀ ਲੋੜ ਆ ਸਾਨੂੰ ਸਮੇਂ ਸਮੇਂ 'ਤੇ ਇੱਦਾਂ ਦੀਆਂ ਚੀਜ਼ਾਂ ਦੀ ਲੋੜ ਰਹਿੰਦੀ ਆ ਜੀ ਜ਼ਰੂਰ ਦਿਖਾ ਦਿਓ ਇਹ ਵੈਸੇ ਸਿੰਘਾਂ ਨੇ ਲਾਤੀਆਂ ਸੀ ਵੈਸੇ ਜੀ ਅੱਜ ਬਾਕੀ ਸੰਗਤ ਜ਼ਰੂਰ ਗੌਰ ਕਰੇ ਇਸ ਘਰ ਨੂੰ ਅਜੇ ਬਹੁਤ ਤੁਹਾਡੇ ਸਾਥ ਦੀ ਲੋੜ ਹੈ ਜੀ ਕਿਉਂਕਿ ਜੇ ਤੁਸੀਂ ਸਾਥ ਦੇਵੋਗੇ ਤਾਂ ਹੋਰ ਵੱਡੇ ਪੱਧਰ 'ਤੇ ਜਿਹੜਾ ਮੰਦ ਬੁੱਧੀ ਦੇ ਸਾਰਿਆਂ ਦਾ ਹੋਰ ਵੱਡੇ ਪੱਧਰ 'ਤੇ ਸੇਵਾ ਕੀਤੀ ਜਾ ਸਕਦੀ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪਹਿਲਾਂ ਸਾਡੇ ਕੋਲ ਇਹੀ ਘਰ ਹੁੰਦਾ ਸੀ ਜੀ ਇਕੱਲਾ ਉਸ ਤੋਂ ਬਾਅਦ ਮਹਾਰਾਜ ਨੇ ਕਿਰਪਾ ਕੀਤੀ ਜੀ ਇਹ ਮੋਟਰ ਦਾ ਕੋਠਾ ਸੀਗਾ ਇਹ ਇਕੱਲਾ ਹੀ ਹੁੰਦਾ ਸੀਗਾ ਇਹ ਮੋਟਰ ਦਾ ਕੋਠਾ ਸੀਗਾ ਇਹ ਇਸ ਮੋਟਰ ਦੇ ਕੋਠੇ ਦੀ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਜੀ ਇਸ ਤੋਂ ਅੱਗੇ ਸੰਗਤ ਨੇ ਸਾਥ ਦਿੱਤਾ ਸੰਗਤ ਨੇ ਇਹ ਘਰ ਬਣਾਇਆ ਜੀ ਹੁਣ ਅੱਗੇ ਅੱਗੇ ਹੁਣ ਕਾਫੀ ਵੀਰ ਸੋਚਣਗੇ ਵੀ ਇਸ ਸੰਸਥਾ ਦੀ ਮਦਦ ਕਿੱਦਾਂ ਕੀਤੀ ਜਾਵੇ ਮਦਦ ਤੁਸੀਂ ਸਾਨੂੰ ਚੀਜ਼ਾਂ ਕੋਈ ਰੇਤਾ ਵਾਜੀ ਸਮਿੰਟ ਜਾਂ ਕੁਛ ਵੀ ਦਵਾ ਸਕਦੇ ਹੋ ਸੰਸਥਾ ਦੇ ਤੁਸੀਂ ਮੈਂਬਰ ਬਣ ਸਕਦੇ ਹੋ ਅਸੀਂ ਆਉਣ ਵਾਲੇ ਸਮੇਂ 'ਚ ਸੰਸਥਾ ਦਾ ਵੀ ਅਕਾਊਂਟ ਨੰਬਰ ਖੁਲਵਾਵਾਂਗੇ ਜਿਹੜੇ ਮੈਂਬਰ ਹੋਣਗੇ ਉਹਨਾਂ ਤੋਂ ਕੰਟਰੀ ਕਰਕੇ ਤੁਹਾਨੂੰ ਅੱਗੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਧੂ ਜੀ ਕੋਈ ਗਲਤੀ ਹੋ ਗਈ ਤਾਂ ਮਾਫ਼ੀ ਦਿਓ ਬਾਕੀ ਇੱਧਰ ਅਸੀਂ ਗੁਰਬਾਣੀ ਪੜ੍ਹਨ ਲਈ ਚਾਹੁੰਦਾ ਰੂਪ ਲਿਆ ਜੀ ਤਾਂ ਕਿ ਦਿਨ ਦੇ ਵਿੱਚ ਗੁਰਬਾਣੀ ਚੱਲਦੀ ਰਹਿ ਸਕੇ ਜੀ ਸੋਨੀ ਠੀਕ ਹੈ ਪੱਕਾ ਆ ਮੁਬਾਰਕ ਸਾਰੇ ਤੋਂ ਦੀਵਾਲੀ ਦੀਆਂ ਯਾਰ ਲੈ ਠੀਕ ਆ ਸੰਗਤ ਨੂੰ ਕੋਈ ਗਲਤੀ ਹੋਵੇ ਮੈਂ ਸੰਗਤ ਜੀ ਮਾਫ਼ ਦਿਓ ਇੱਕ ਬੰਦਾ ਤੁਹਾਨੂੰ ਦਿਖਾਉਣਾ ਭੁੱਲ ਗਿਆ ਜੀ ਸੰਸਥਾ ਦਾ ਕਹਿ ਸਕਦੇ ਹੋ ਫਾਊਂਡਰ ਇਹ ਬੰਦੇ ਦਾ ਬਹੁਤ ਵੱਡਾ ਯੋਗਦਾਨ ਸੰਸਥਾ ਲਈ ਸਹੀ ਗੱਲ ਹੈ ਬਹੁਤ ਵੱਡਾ ਯੋਗਦਾਨ ਇਹਨੇ ਹੱਥਾਂ ਨਾਲ ਬੰਦੇ ਨੇ ਬਹੁਤ ਸੇਵਾ ਕੀਤੀ ਯਕੀਨ ਮੰਨਿਓ ਜਿਹੜਾ ਹੱਥਾਂ ਨਾਲ ਸਭ ਤੋਂ ਵੱਧ ਸੇਵਾ ਕੀਤੀ ਕਿਸ ਬੰਦੇ ਨੇ ਤਨ ਨਾਲ ਵੀ ਮਨ ਨਾਲ ਵੀ ਬਿਲਕੁਲ ਤਨ ਨਾਲ ਵੀ ਮਨ ਨਾਲ ਗੁਰੂ ਸਾਹਿਬ ਧਨ ਵੀ ਦੇਣਗੇ ਸਾਡੇ ਘਰ ਅੱਜ ਧਨ ਨਹੀਂ ਕਮਾ ਰਿਹਾ ਵੀਰ ਕੋਈ ਬਿਜ਼ਨਸ ਨਹੀਂ ਕਰ ਰਿਹਾ ਤਾਂ ਗੁਰੂ ਸਾਹਿਬ ਤਨ ਤੇ ਜਿਹੜਾ ਕਹਿ ਸਕਦੇ ਮਨ ਤਾਂ ਦਿੱਤਾ ਧਨ ਵੀ ਜ਼ਰੂਰ ਦੇਣਗੇ ਕਿਉਂਕਿ ਇੱਥੇ ਸੇਵਾ ਕਰ ਗਿਆ ਬੰਦਾ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਸਾਰਿਆਂ ਲਈ ਬਹੁਤ ਬਹੁਤ ਸਾਡੇ ਵੱਲੋਂ ਪਿਆਰ ਅਤੇ ਦੁਆਵਾਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ੀ ਦੇ ਦਿਓ ਜੀ ਠੀਕ ਹੈ ਜੀ ਮਹਿੰਦੀ ਫਤਿਹ ਜੀ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਮਹਿੰਦੀ ਫਤਿਹ ਜੀ ਫਤਿਹ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ।